ਡੇਲੀਪੋਸ ਪੰਜਾਬੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਗਗਨ 베ਦੀ ਆਮ ਦਿਨਾਂ ਦੇ ਵਿੱਚ ਇੱਕ ਇਸ ਤਰ੍ਹਾਂ ਦੀ ਘਟਨਾ ਹਾਲ ਹੀ ਦੇ ਵਿੱਚ ਇੱਕ ਵੀਡੀਓ ਵਾਇਰਲ ਹੁੰਦੀ ਹੈ ਖੰਨੇ ਥਾਣੇ ਦੀ ਉਹ ਵੀਡੀਓ ਹੈ ਔਰ ਉਸ ਦੇ ਵਿੱਚ ਤਿੰਨ ਲੋਕਾਂ ਨੂੰ ਬੇਹਦ ਉਹਨਾਂ ਦੇ ਨਾਲ ਨਮੂਸ਼ੀ ਭਰਿਆ ਕਾਰਾ ਕੀਤਾ ਜਾਂਦਾ ਹੈ ਔਰ ਐਸ ਐਚਓ ਇੱਕ ਵੱਡੇ ਸਵਾਲਾਂ ਦੇ ਵਿੱਚ ਹੈ ਖੰਨੇ ਦੇ ਐਸ ਐਚਓ ਔਰ ਇਸ ਜਿਹੜੀ ਵੀਡੀਓ ਹੈ ਇਸ ਵੀਡੀਓ ਨੇ ਲੋਕਾਂ ਨੂੰ ਉਸ ਕਾਲੇ ਦਵਾ ਦਿੱਤੀ ਜਦੋਂ ਕਿਹਾ ਜਾਂਦਾ ਸੀ ਕਿ ਪੁਲਿਸ ਲੋਕਾਂ ਨੂੰ ਘਰੋਂ ਚੁੱਕ ਕੇ ਲੈ ਜਾਂਦੀ ਸੀ ਉਹਨਾਂ ਦੇ ਨਾਲ ਬਿਹਤ ਅਨਮਨੁੱਖੀ ਅਤਸ਼ੱਦਤ ਕੀਤਾ ਜਾਂਦਾ ਸੀ ਅਸੀਂ ਗੱਲਬਾਤ ਕਰ ਰਹੇ ਹਾਂ ਗੁਰਸਿੱਖ ਪਿਓ ਪੁੱਤ ਦੇ ਨਾਲ ਪੁਲਿਸ ਵੱਲੋਂ ਧੱਕਾ ਗਿਆ ਉਹਨਾਂ ਨੂੰ ਨੰਗੇ ਕਰਕੇ ਉਹਨਾਂ ਦੀ ਵੀਡੀਓ ਬਣਾਈ ਬਾਅਦ ਵਿੱਚ ਵੀਡੀਓ ਵਾਇਰਲ ਕਰ ਦਿੱਤੀ ਗਈ ਪਿਛਲੇ ਸਾਲ ਦਾ ਇਸ ਵਿਵਾਦ ਦਾ ਮਾਮਲਾ ਸੀ ਅਤੇ ਉਦੋਂ ਹੀ ਦੱਸਿਆ ਜਾਂਦਾ ਹੈ ਕਿ ਵੀਡੀਓ ਬਣਾਈ ਗਈ ਤੇ ਇਸ ਸਾਲ ਇਹ ਵੀਡੀਓ ਵਾਇਰਲ ਹੋਈ ਔਰ ਉਸ ਤੋਂ ਬਾਅਦ ਬਹੁਤ ਜ਼ਿਆਦਾ ਇਸ ਕੇਸ ਦੇ ਵਿੱਚ ਨਵੇਂ-ਨਵੇਂ ਮੂੜ ਆਏ ਨੇ ਇਹ ਜਿਹੜਾ ਕੇਸ ਹੈ ਸਿੱਖਾਂ ਦੀਆਂ ਭਾਵਨਾਵਾਂ ਦੇ ਨਾਲ ਵੀ ਜੁੜਿਆ ਹੋਇਆ ਹੈ ਔਰ ਇਸ ਤੋਂ ਇਲਾਵਾ ਜਿਹੜੇ بار بار ਇਸ ਚੀਜ਼ ਦਾ ਹਵਾਲਾ ਦਿੱਤਾ ਜਾਂਦਾ ਹੈ ਕਿ ਮਨੁੱਖੀ ਕਦਰਾਂ ਕੀਮਤਾਂ ਦੀ ਹੋਵੇ ਜਾਂ ਹਿਊਮਨ ਰਾਈਟਸ ਦੀ ਗੱਲ ਕੀਤੀ ਜਾਂਦੀ ਹੈ ਸਾਡੇ ਨਾਲ ਦੋ ਬਹੁਤ ਖਾਸ ਇੱਕ ਤਾਂ ਵਕੀਲ ਨੇ ਇਸ ਕੇਸ ਨੂੰ ਜਿਹੜੇ ਪੈਰਵਾਇ ਕਰ ਰਹੇ ਨੇ ਸਾਡੇ ਨਾਲ ਐਡਵੋਕੇਟ ਬਰਾੜ ਨੇ ਔਰ ਇਸ ਦੇ ਨਾਲ ਹੀ ਸਾਡੇ ਨਾਲ ਦਲਮੀਗ ਸਿੰਘ ਨੇ ਸਾਬਕਾ 77 ਨੇ ਸ਼੍ਰੋਮਣੀ ਕਮੇਟੀ ਤੇ ਔਰ ਵੀ ਲੈ ਕੇ ਦਲਮੀਗ ਸਿੰਘ ਜੀ ਹੋਰਾਂ ਦੇ ਵੱਲੋਂ ਵੀ ਬਹੁਤ ਜ਼ਿਆਦਾ ਪੂਰੀ ਸ਼ਿੱਦਤ ਨਾਲ ਇਸ ਮਾਮਲੇ ਦੀ ਪੈਰਪਾਈ ਆਪਣੇ ਵੱਲੋਂ ਕਰਦੇ ਪਏ ਨੇ ਔਰ ਕਾਫੀ ਹੱਦ ਤੱਕ ਉਹਨਾਂ ਨੂੰ ਇਸ ਵਿੱਚ ਸਫਲਤਾ ਵੀ ਮਿਲ ਗਿਆ ਸਭ ਤੋਂ ਪਹਿਲਾ ਸਵਾਲ ਵਕੀਲ ਕਰ ਲੈਂਦੇ ਆ ਵਿਰਾਟ ਸਾਹਿਬ ਪਹਿਲਾਂ ਤਾਂ ਸਵਾਗਤ ਹੈ ਸਾਡੇ ਨਾਲ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਮੈਨੂੰ ਬੁਲਾਉਣ ਵਾਸਤੇ ਵਿਰਾਟ ਸਾਹਿਬ ਇਹ ਜਿਹੜਾ ਮਾਮਲਾ ਆਪਣੇ ਆਪ ਦੇ ਵਿੱਚ ਜੇ ਇੱਕ ਆਪਾਂ ਇੱਕ ਝਟਕਾ ਭਾਸ਼ਾ ਦੇ ਵਿੱਚ ਕਹੀਏ ਜਿਵੇਂ ਇੱਕ ਆਮ ਲੇਮਨ ਦੀ ਭਾਸ਼ਾ ਦੇ ਵਿੱਚ ਕਰੀਏ ਜਦੋਂ ਕੋਈ ਉਹ ਵੀਡੀਓ ਦੇਖ ਲੈਂਦਾ ਤਾਂ ਬਿਲਕੁਲ ਦਿਲ ਦਹਿਲ ਜਾਂਦਾ ਆਮ ਬੰਦਾ ਮੈਨੂੰ ਲੱਗਦਾ ਕਿ ਦੇਖ ਵੀ ਨਹੀਂ ਸਕਦਾ ਉਹ ਵੀਡੀਓ ਮਤਲਬ ਇੰਨਾ ਜ਼ਿਆਦਾ ਹਿਊਮਿਲੇਟ ਕੀਤਾ ਜਾ ਰਹਾ ਇੰਨੀ ਜ਼ਿਆਦਾ ਤਸ਼ੱਦਦ ਤੁਸੀਂ ਸੋਚ ਸਕਦੇ ਹੋ ਕਿ ਕਿਸ ਤਰ੍ਹਾਂ ਕੀਤੀ ਜਾ ਰਹੀ ਹੈ ਔਰ ਸਾਫ਼-ਸਾਫ਼ ਤੌਰ ਤੇ ਆਵਾਜ਼ ਵੀ ਵਿੱਚ ਪੂਰੀ ਉਹ ਥਾਣੇਦਾਰ ਸਾਹਿਬ ਦੀ ਆ ਰਹੀ ਬਿਲਕੁਲ ਗਗਨ ਜੀ ਬਿਲਕੁਲ ਇਹ ਜਿਹੜੀ ਵੀਡੀਓ ਹੈ ਜਿਹੜੀ ਉਹਨੇ ਬਲਜਿੰਦਰ ਸਿੰਘ ਨੇ ਬਣਾਈ ਹੈ ਖੁਦ ਆਪ ਥਾਣੇ ਦੇ ਵਿੱਚ ਇਹਨਾਂ ਦੇ ਕੱਪੜੇ ਪਾੜ ਕੇ ਨੰਗੇ ਕਰਕੇ ਉਹ ਵਾਕਈ ਦੇਖਣ लायक ਨਹੀਂ ਹੈ ਕਿਉਂਕਿ ਇੱਕ ਜਿਹੜੀ ਪਿਓ ਪੁੱਤ ਦੀ ਸ਼ਰਮ ਹੈ ਹੂੰ ਉਹ ਬਹੁਤ ਵੱਡੀ ਚੀਜ਼ ਹੈ ਇੱਕ ਹੂੰ ਉਹ ਇੱਕ ਪਿਓ ਪੁੱਤ ਦੇ ਵਿੱਚ ਹੀ ਹੁੰਦੀ ਹੈ ਜਿਹੜੀ ਕਿ ਉਹ ਬਲਜਿੰਦਰ ਸਿੰਘ ਨੇ ਨਹੀਂ ਰਹਿਣ ਦਿੱਤੀ ਹੂੰ ਦੂਸਰੀ ਗੱਲ ਇੱਕ ਉਹ ਦਲਿਤ ਭਰਾ ਹੈ ਜਿਹੜਾ ਉਹਦੇ ਨਾਲ ਵੀ ਜਿਹੜੀ ਇਹਨੇ ਤਸ਼ੱਦਦ ਕੀਤੀ ਹੈ ਉਹਦਾ ਕੀ ਕਸੂਰ ਸੀ ਉਹਦਾ ਕੋਈ ਜ਼ਮੀਨੀ ਵਿਵਾਦ ਨਹੀਂ ਇਹ ਜਿਹੜੇ ਗੁਰਸਿੱਖਪੀ ਉਹਨਾਂ ਦਾ ਸੀਰੀਆ ਹੈ ਇਹ ਇਹ ਸੀਰੀਆ ਜੀ ਉਹਨਾਂ ਦਾ ਦਲੇ ਤਾਂ ਉਹਨਾਂ ਦੇ ਘਰੀ ਕੰਮ ਕਰਦਾ ਹੈ ਉਹਨਾਂ ਨਾਲ ਹੀ ਰਹਿੰਦਾ ਹੂੰ ਉਹਦਾ ਕੀ ਕਸੂਰ ਉਹਦਾ ਕਿਹੜਾ ਜ਼ਮੀਨੀ ਵਿਵਾਦ ਸੀਗਾ ਕੋਈ ਚਲੋ ਜਗਪਾਲ ਸਿੰਘ ਦਾ ਜ਼ਮੀਨੀ ਵਿਵਾਦ ਸੀਗਾ ਰਾਜਵੀਰ ਸਿੰਘ ਰੂਬਲਾ ਜਿਹੜਾ ਪ੍ਰਧਾਨ ਹੈ ਨਗਰ ਕੌਂਸਲ ਦੁਰਾਹੇ ਦਾ ਹੂੰ ਉਹਦਾ ਉਹਦੇ ਨਾਲ ਸੀਗਾ ਡਿਸਪਿਊਟ ਨਾ ਤਾਂ بیٹے ਦਾ ਕੋਈ ਕਸੂਰ ਸੀਗਾ ਨਾ ਤਾਂ بیٹے ਨੇ ਕੋਈ ਡੀਮਾਰਕੇਸ਼ਨ ਦਾ ਰੌਲਾ ਸੀਗਾ ਨਾ ਉਹ ਦਲਿਤ ਭਾਦਾ ਸੀਗਾ ਸਿਰਫ ਉਹਨਾਂ ਨੂੰ ਚੱਕ ਕੇ ਤਾਂ ਲਿਆਂਦਾ ਦਲਿਤ ਨੂੰ ਕਿ ਦਲਿਤ ਉੱਥੇ ਜਦੋਂ ਜਗਪਾਲ ਗਿਆ ਐਸਐਚਐਲ ਜਿੰਦਰ ਧੱਕੇ ਨਾਲ ਕਬਜ਼ਾ ਕਰਾਉਣ ਤਾਂ ਰੂਬਲ ਸਿੰਘ ਭਗਵੰਤ ਸਿੰਘ ਤੇ ਮਨਵੀਰ ਸਿੰਘ ਰੋਡੂ ਤਿੰਨੇ ਉੱਥੇ ਮੌਜੂਦ ਸੀਗੇ ਤੇ ਇਹ ਬਲਜਿੰਦਰ ਸਿੰਘ ਉੱਥੇ ਮੌਕੇ ਤੇ ਪਹੁੰਚ ਗਿਆ ਤੇ ਪਹੁੰਚਦੇ ਸਾਰ ਇਹਨੇ ਆ ਜਾਣਦੇ ਸਾਰੇ ਇਹਨੇ ਜਗਪਾਲ ਸਿੰਘ ਨੂੰ ਕਿਹਾ ਕਿ ਤੂੰ ਇਹ ਕੀ ਕਰ ਰਿਹਾ ਉਹ ਕਹਿੰਦਾ ਜੀ ਮੈਂ ਤਾਂ ਆਪਣੀ ਮੱਕੀ ਵੜ ਰਿਹਾ ਹੂੰ ਕਿ ਆਪਣੀ ਕੱਲ ਗੱਲ ਹੋਈ ਸੀ ਕਿ ਤੇ ਮੈਂ ਮੱਕੀ ਵੜ ਰਿਹਾ ਤੇ ਮੱਕੀ ਵੱਢ ਕੇ ਉਸ ਤੋਂ ਬਾਅਦ ਮੈਂ ਇਹ ਖਾਲੀ ਕਰ ਦਿੰਦਾ ਜ਼ਮੀਨ ਜਿਹੜੀ ਇਹਨਾਂ ਦੇ ਪਾਸੇ ਵਾਲਾ ਇਸਾ ਇੱਕ ਕਿਉਂਕਿ ਨਹੀਂ ਤਾਂ ਨਹੀਂ ਕੋਈ ਗੱਲ ਉਹਨੇ ਜਦੋਂ ਧੱਕਾ ਕਰਨ ਦੀ ਕੋਸ਼ਿਸ਼ ਕੀਤੀ ਬਲਜਿੰਦਰ ਸਿੰਘ ਨੇ ਉਹਦੇ ਨਾਲ ਹੱਥੋਪਾਈ ਕਰਨ ਦੀ ਕੋਸ਼ਿਸ਼ ਕੀਤੀ ਪਹਿਲਾਂ ਉਹਦੇ ਥੱਪੜ ਮਾਰ ਕੇ ਉਹਦੀ ਪੱਗ ਲਾਤੀ ਪੱਗ ਲਾ ਕੇ ਉਹਨੂੰ ਜਦੋਂ ਇਹ ਜਿਹੜੀ ਤੁਸੀਂ ਗੱਲ ਦੱਸੇ ਇਹ 2019 ਜੂਨ ਦੀ ਗੱਲ ਹੈ ਇਹ ਬਿਲਕੁਲ 12 ਜੂਨ 2019 ਦੀ ਗੱਲ ਹੈ। ਮੇਰੀ ਗੱਲ ਹੈ ਠੀਕ ਹੈ। ਉਸ ਦਿਨੇ ਕਾਰਨਾਮਾ ਸ਼ਾਮ ਨੂੰ ਨੇ ਕੀਤਾ ਬਲਜਿੰਦਰ ਸਿੰਘ ਤੇ ਉਹਨੇ ਜਸਵੰਤ ਸਿੰਘ ਨੂੰ ਜਿਹੜਾ ਦਲਿਤ ਭਰਾ ਸੀ ਨਾਲ ਜਿਹੜਾ ਉਹਨਾਂ ਦਾ ਕੰਮਾ ਸੀਗਾ ਉਹਨੂੰ ਕਹਿ ਕਿ ਤੂੰ ਇਹ ਵੀਡੀਓ ਬਣਾ ਲੈ ਕਿ ਆਪਾਂ ਉੱਚ ਅਧਿਕਾਰੀਆਂ ਨੂੰ ਦਿਖਾਵਾਂਗੇ ਤੇ ਕੁਝ ਦਿਖਾਵਾਂਗੇ ਕਿ ਐ ਕਰਕੇ ਪੁਲਿਸ ਸਾਡੇ ਨਾਲ ਧੱਕਾ ਕਰਕੇ ਗਈ ਹੈ ਤੇ ਆ ਕੁਝ ਕਰਕੇ ਗਈ ਹੈ ਤੇ ਤੂੰ ਇਹਦੀ ਵੀਡੀਓ ਬਣਾ ਉਹ ਜਸਵੰਤ ਸਿੰਘ ਜਿਹੜਾ ਸੀਗਾ ਦਲਿਤ ਭਰਾ ਉਹ ਵੀਡੀਓ ਬਣਾਉਣ ਲੱਗਾ। ਇਨ ਦੀ ਮੀਨ ਟਾਈਮ ਜਿਹੜਾ ਜਗਪਾਲ ਸਿੰਘ ਦਾ ਬ੍ਰਦਰ ਸੀਗਾ ਦਾ ਬੇਟਾ ਸੀਗਾ ਗੁਰਮੀਰ ਸਿੰਘ ਉੱਥੋਂ ਚਾਹ ਲੈ ਕੇ ਆ ਰਿਹਾ ਸੀ ਪਿੰਡੋਂ ਹੂੰ ਤੇ ਉਹ ਵੀ ਉੱਥੇ ਆ ਕੇ ਖੜ ਗਿਆ ਉਹਨੇ ਦੇਖਿਆ ਕਿ ਇੰਨਾ ਜ਼ਿਆਦਾ ਰਸ਼ ਹੋਇਆ ਪਿਆ ਇੰਨਾ ਜ਼ਿਆਦਾ ਬੰਦੇ ਆਏ ਖੜੇ ਆ ਤੇ ਪਾਪਾ ਦੇ ਉਹਦੇ ਫਾਦਰ ਦੇ ਆਲੇ ਦੁਆਲੇ ਹੂੰ ਤਾਂ ਜੋ ਵੀਡੀਓ ਬਣਾ ਰਿਹਾ ਸੀਗਾ ਤੇ ਜਦੋਂ ਇਹਨੂੰ ਬਾਲਾਂ ਤੋਂ ਫੜ ਕੇ ਘੜੀਸਦਾ ਹੋਇਆ ਬਲਜਿੰਦਰ ਸਿੰਘ ਸਕਾਰੀ ਕਾਲੇ ਰੰਗ ਦੀ ਸਕੋਰਪੀਓ ਦੇ ਵਿੱਚ ਬਿਠਾਉਣ ਲੱਗਿਆ ਥਾਣੇ ਵਾਲੀ ਚ ਹੂੰ ਤਾਂ ਉਹ ਕਹਿੰਦਾ ਵੀ ਇਹ ਕੌਣ ਸੀ ਜਿਹੜਾ ਵੀਡੀਓ ਬਣਾ ਰਿਹਾ ਉਹ ਕਹਿੰਦੇ ਜੀ ਇਹ ਤਾਂ ਇਹਨਾਂ ਦਲਿਤ ਸੀਰੀ ਸੀ ਕਾਮਾ ਕਰਨ ਕੰਮ ਕਰਨ ਵਾਲਾ ਹੂੰ ਤੇ ਕਹਿੰਦਾ ਇਹਨੂੰ ਵੀ ਚੱਕ ਕੇ ਵਿੱਚ ਸਿੱਟੋ ਇਹਨੂੰ ਦੱਸਿਓ ਕਿ ਵੀਡੀਓ ਕਿਵੇਂ ਬਣਾਈ ਦੀ ਕਹਿੰਦਾ ਲਿਆ ਆਇਦਰ ਫੋਨ ਫੜਾ ਉਹਨੇ ਫੋਨ ਫੜਿਆ ਫੋਨ ਫੜ ਕੇ ਪਹਿਲਾਂ ਉੱਥੇ ਮੋਟਰ ਸੀਗੀ ਮੋਟਰ ਦੀ ਕਾਂਦਰਾ ਮਾਰ ਕੇ ਤੋੜਤਾ ਫੇਰ ਉਹਨੇ ਫੋਨ ਚੱਕਿਆ ਕਿ ਇਸ ਕਿਤੇ ਪ੍ਰੂਫ ਨਾ ਰਹਿ ਜੇ ਕੋਈ ਸਿਆਣਾ ਤਾਂ ਬਹੁਤ ਸੀਗਾ ਉਹ ਉਹਨੇ ਜੀ ਉਹ ਫੋਨ ਆਪਦੇ ਕੋਲ ਰੱਖ ਲਿਆ ਉਸ ਤੋਂ ਬਾਅਦ ਉਹ ਗੁਰਬੀਰ ਸਿੰਘ ਨੇ ਪੁੱਛਿਆ ਕਿ ਤੁਸੀਂ ਪਾਪਾ ਨੂੰ ਕਿੱਥੇ ਲੈ ਕੇ ਚੱਲੇ ਹੋ ਕਿਉਂ ਲੈ ਕੇ ਚੱਲੇ ਉਹ ਕਿਉਂਕਿ ਰੀਜ਼ਨ ਆਪਣਾ ਗੁਰਬੀਰ ਸਿੰਘ ਜੀ ਨੇ ਪੁੱਛਿਆ ਉਹ ਕਹਿੰਦਾ ਤੂੰ ਕੌਣ ਹੈ ਬਲਜਿੰਦਰ ਨੇ ਚਾਹ ਲੈ ਕੇ ਆਇ ਸੀ ਜਿਹੜਾ ਚਾਹ ਲੈ ਕੇ ਆਇ ਸੀ ਉਹਦਾ ਬੇਟਾ ਵੱਡਾ ਉਹ ਜਦੋਂ ਆਇਆ ਉਹਨੇ ਪੁੱਛਿਆ ਵੀ ਤੂੰ ਇਹਨੇ ਆਪਣਾ ਬਲਜਿੰਦਰ ਨੇ ਕਿਹਾ ਤੂੰ ਕੌਣ ਹੈ ਇਹ ਕਹਿੰਦਾ ਜੀ ਮੈਂ ਤਾਂ ਉਹਦਾ ਬੇਟਾ ਹੈ ਕਹਿੰਦਾ ਇਹਨੂੰ ਵੀ ਅੱਜ ਪਤਾ ਲੱਗ ਜੇਗੀ ਜਿਵੇਂ ਪਾਪੇ ਵਾਂਗੂ ਇਹ ਵੀ ਇਹਨੂੰ ਕਹਿੰਦਾ ਵਿੱਚ ਸਿੱਟੋ ਗੱਡੀ 'ਚ ਹੂੰ ਉਹਨੂੰ ਵੀ ਸਿੱਟ ਲਿਆ ਜੀ ਗੱਡੀ 'ਚ ਉਹਨਾਂ ਨੂੰ ਲੈ ਕੇ ਜੀ ਹੂੰ ਲੈ ਕੇ ਉਸ ਤੋਂ ਬਾਅਦ ਗਗਨਜੀਤ ਤੁਹਾਨੂੰ ਪਤਾ ਹੀ ਹੈ ਕਿ ਜਿਹੜੀ ਉਹ ਵੀਡੀਓ ਇਹਨੇ ਜਾਣਦੇ ਸਾਰੇ ਦੇ ਕੱਪੜੇ ਪਾੜੇ ਲਵਾਏ ਹੂੰ ਲਾ ਕੇ ਉਸ ਤੋਂ ਬਾਅਦ ਇਹ ਉਸੇ ਦਿਨ ਹੀ ਬਣੀ ਹੈ ਵੀਡੀਓ ਜਿਹੜਾ ਦੱਸਦੇ ਨੇ ਜਿਵੇਂ ਤੁਹਾਨੂੰ ਦੱਸਿਆ ਹੋਣਾ ਜਿਹੜੇ ਜਿਹੜੇ ਮਾਮਲੇ ਦੇ ਵਿੱਚ ਉਸੇ ਦਿਨ ਵੀਡੀਓ ਬਣੀ ਹੈ ਇਹ ਸੇਮ ਡੇ ਸੇਮ ਡੇ ਵੀਡੀਓ ਸੇਮ ਡੇ ਸੇਮ ਡੇ ਜਾਂਦੇ ਸਾਰੇ ਜਦੋਂ ਚੱਕ ਕੇ ਲਗੇ ਨੇ ਉੱਥੋਂ ਦੀ ਯੈਸ ਤੇ ਜਾਂਦੇ ਸਾਰੇ ਇਹਨਾਂ ਦੇ ਕੱਪੜੇ ਪਾੜ ਕੇ ਉਹਨਾਂ ਦੀ ਵੀਡੀਓ ਬਣਾਈ ਵੀਡੀਓ ਬਣਾ ਕੇ ਤੁਹਾਨੂੰ ਕਾਈਂਡਲੀ ਮੈਂ ਇੱਕ ਜੇ ਤਰ੍ਹਾਂ ਮੈਂ ਵੀਡੀਓ ਦਿਖਾਉਣ ਲਾਇਕ ਤਾਂ ਨਹੀਂ ਪਰ ਉਹ ਚ ਇੱਕ ਐਸਐਚਓ ਬਲਜਿੰਦਰ ਸਿੰਘ ਦੀ ਆਵਾਜ਼ ਹੈ ਜਿਹੜੀ ਸੁਣ ਕੇ ਕਲੀ ਆਵਾਜ਼ ਸੁਣ ਕੇ ਹੀ ਲੂਕੰਡੇ ਖੜੇ ਹੋ ਸਕਦੇ ਦਰਸ਼ਕਾਂ ਦੇ ਇਹ ਕੋ ਦੱਸਦੀ ਹੈ ਕਿ ਜਿਸ ਤਰ੍ਹਾਂ ਬਰਾੜ ਸਾਹਿਬ ਨੇ ਦੱਸਿਆ ਵਾ ਕਿ ਇਹ ਉਸ ਦਿਨ ਦੀ ਹੈ ਜੂਨ 2019 ਦੀ ਗੱਲ ਹੈ ਜਦੋਂ ਇਹ ਸਾਰਾ ਵਿਵਾਦ ਹੋਇਆ ਉਸੇ ਜ਼ਮੀਨ ਦੇ ਉੱਤੇ ਔਰ ਐਸ ਐਚਓ ਬਲਜਿੰਦਰ ਸਿੰਘ ਉੱਥੇ ਆਉਂਦੇ ਨੇ ਗੁਰਸੇਖ ਜਿਹੜੇ ਦੋਨੋਂ ਪਿਓ ਪੁੱਤ ਨੇ ਔਰ ਉਹਨਾਂ ਦਾ ਸੀਰੀ ਉਹਨਾਂ ਨੂੰ ਲੈ ਕੇ ਜਾਂਦੇ ਨੇ ਤੇ ਜਦੋਂ ਉਸ ਤੋਂ ਬਾਅਦ ਥਾਣੇ ਦੇ ਵਿੱਚ ਉਹਨਾਂ ਦੇ ਕੱਪੜੇ ਲਵਾ ਕੇ ਵੀਡੀਓ ਬਣਾਈ ਜਾਂਦੀ ਹੈ ਇਹ ਉਸ ਦਿਨਾਂ ਦੀ ਆਵਾਜ਼ ਹੈ ਜਿਹੜੀ ਤੁਹਾਨੂੰ ਸੁਣਾਉਣ ਲੱਗੇ ਨੇ ਇਹ ਕੰਮ ਤਾਂ ਗੈਂ ਤੁਹਾਨੂੰ ਸਿਰੇ ਨਿਕਾ ਬੋਲੋ ਮਾਫੀ 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 ਉਹਨਾਂ ਨੇ ਮਾਰ ਪਰ ਲਾ ਦਿਨ ਇਥੋਂ ਪਰਨਨ ਵਾਲਾ ਜਮਾ ਲਾ ਦਿਓ ਹੂੰ ਤੁਸੀਂ ਇਹ ਦੇਖੋ ਕਿ ਨੰਗੇ ਕੀਤੇ ਹੋਏ ਐ ਕਹਿੰਦਾ ਵੀ ਇਹਨਾਂ ਨੂੰ ਸਾਰੀ ਰਾਤ ਕੁਛ ਪਾਉਣ ਨਹੀਂ ਦੇਣਾ ਹੂੰ ਤੇ ਸਵੇਰੇ ਇਹਨਾਂ ਦੇ ਨਿਕਰਾਂ ਪਾਉਣੀਆਂ ਹੂੰ ਤੇ ਇਹਨਾਂ ਦੇ ਸਾਰੀ ਰਾਤ ਪੱਟੇ ਬਣਾਉਣੇ ਦੋ ਬੰਦੇਾਂ ਦੀ ਡਿਊਟੀ ਲਾ ਦਿਓ ਤੇ ਸਾਰੀ ਰਾਤ ਇਹਨਾਂ ਨੂੰ ਕੱਪੜੇ ਨਹੀਂ ਪਾਉਣ ਦੇਣ ਤੇ ਸਵੇਰੇ ਨਾਲ ਨਿਕਰਾਂ ਪਾਉਣੀਆਂ ਕਹਿੰਦਾ ਹੂੰ ਇੱਕ ਗੁਰਸਿੱਖ ਬੰਦੇ ਦੇ ਨਿਕਰਾਂ ਪਾਉਣੀਆਂ ਕਹਿੰਦਾ ਸਵੇਰੇ ਉੱਠ ਕੇ ਹੂੰ ਠੀਕ ਐ ਨਾ ਜੀ ਉਸ ਤੋਂ ਬਾਅਦ ਜਦੋਂ ਇਹ ਕਾਰਨਾਮਾ ਹੋ ਗਿਆ ਅਗਲੇ ਦਿਨ ਜਦੋਂ ਸਾਰੇ ਬੰਦੇ ਗਏ ਪੰਚਾਇਤ ਮੋਧਪੁਰ ਬੰਦੇ ਗਏ ਕਿ ਭਾਈ ਤੁਸੀਂ ਜੋ ਇਹਦੇ ਨਾਲ ਕਰਨਾ ਹੈ ਜਗਪਾਲ ਸਿੰਘ ਨਾਲ ਤੂੰ ਹੁੰਦ ਕੱਢਣੀ ਹੈ ਜੋ ਕਰਨੀ ਹੈ ਕੱਢ ਲਾ ਆਵਦੀ ਤੇ ਦਲਿਤ ਮੁੰਡੇ ਦਾ ਕੀ ਕਸੂਰ ਹੈ ਤੇ ਪਲੱਸ ਜਿਹੜਾ ਬੇਟਾ ਉਹਦਾ ਤਾਂ ਕੋਈ ਕਸੂਰ ਹੀ ਨਹੀਂ ਉਹ ਤਾਂ ਚਾਹ ਲੈ ਕੇ ਆਇਆ ਸੀ ਉਹ ਤਾਂ ਇਹ ਪੁੱਛਿਆ ਸੀ ਆਮ ਬੇਟੇ ਦੀ ਤਰ੍ਹਾਂ ਬੇਟੇ ਦੀ ਤਰ੍ਹਾਂ ਕਿ ਮੇਰੇ ਪਾਪਾ ਨੂੰ ਕਿੱਥੇ ਲੈ ਕੇ ਚੱਲੇ ਹੋ ਜਦੋਂ ਉਹਨਾਂ ਨੇ ਉਹਨੂੰ ਵੀ ਸਿੱਟ ਲਿਆ ਉਹ ਕਹਿੰਦੇ ਵੀ ਇਹਨੂੰ ਤਾਂ ਛੱਡ ਦੇ ਚਲੋ ਮੈਂ ਉਹਨੂੰ ਰਹਿਮ ਆਇਆ ਮਾੜਾ ਮੋਟਾ ਕੋਈ ਦਿਮਾਗ ਚ ਉਹਦੇ ਵੀ ਆਇਆ ਕਿ ਮੇਰੇ ਵੀ ਬੱਚੇ ਐ ਔਲਾਦ ਐ ਕਿ ਉਹਨਾਂ ਦਾ ਜੇ ਕੁਝ ਹੋਵੇ ਤਾਂ ਫਿਰ ਕੀ ਹੋਊਗਾ ਤਾਂ ਉਸ ਕਰਕੇ ਉਹਨੇ ਉਹਨਾਂ ਨੂੰ ਮੋਹਤਪੁਰ ਬੰਦਿਆਂ ਨੂੰ ਦੇ ਹਵਾਲੇ ਕਰਤਾ ਛੱਡਤਾ ਗੁਰਮੀਤ ਜਿਹੜੇ ਸੀਰੀ ਤੇ ਉਹਨਾਂ ਦੇ ਬੇਟੇ ਗੁਰਵੀਰ ਨਾ 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 ਸੀਰੀ ਨੂੰ ਨਹੀਂ ਛੱਡੇ ਸੀਰੀ ਨੂੰ ਨਹੀਂ ਛੱਡੇ ਨਹੀਂ ਨਹੀਂ ਕੱਲੇ ਗੁਰਵੀਰ ਨੂੰ ਛੱਡਿਆ ਇਹਨਾਂ ਤੇ ਕੀ ਕੀਤਾ ਜੀ ਇੱਕ ਝੂਠਾ ਪਰਚਾ ਕਹਿੰਦਾ ਵੀ ਮੈਂ ਤੇ ਝੂਠਾ ਪਰਚਾ ਦੇ ਕੇ ਇਹਨੂੰ ਜੇਲ੍ਹ ਭੇਜ ਨਹੀਂ ਭੇਜਣਾ ਹੂੰ ਉਹਦੀ ਝੂਠਾ ਪਰਚਾ ਦਿੱਤਾ ਜੀ ਕੀ ਦਿੱਤਾ ਕਿ ਤੂੰ ਰਾਜਵੀਰ ਸਰੂ ਰੂਪਲ ਜਿਹੜਾ ਪ੍ਰਧਾਨ ਨਾ ਨਗਰ ਕਾਉਂਸਲ ਕਾਂਗਰਸ ਦਾ ਨਗਰ ਕਾਉਂਸਲ ਦਾ ਮੌਜੂਦਾ ਪ੍ਰਧਾਨ ਹੈ ਉਹਦੇ ਤੋਂ ਇੱਕ ਦਰਖਾਸਤ ਲੈ ਲਈ ਕਿ ਤੇਰੇ ਜੀ ਕਲਟੀਵੇਟਰ ਜਿਹੜੇ ਹੁੰਦੇ ਆ ਆਪਣੇ ਖਾਲ ਹੁੰਦੇ ਆ ਖੇਤਾਂ 'ਚ ਉਹ ਤੇਰੇ ਚੋਰੀ ਕਰਕੇ ਲੈ ਗਿਆ ਉਥੋਂ ਮੌਕੇ ਤੋਂ ਜਿੱਥੋਂ ਦਾ ਕਿ ਉਹਦੇ ਕੋਲ ਕਿਉਂ ਕੁਝ ਵੀ ਨਹੀਂ ਹੈ ਉੱਥੇ ਕੁਝ ਵੀ ਨਹੀਂ ਸੀਗਾ ਮਨਕਰਤ ਸੀਗਾ ਸਭ ਮਨਕਰਤ ਕਹਿੰਦੇ ਵੀ ਤੂੰ ਚੋਰੀ ਕਰਕੇ ਲੈ ਗਿਆ ਉਹਦਾ ਇਹ ਪਰਚਾ ਉਹਨੇ ਬਣਾ ਕੇ ਪਰਚਾ ਐਫ ਆਈ ਆਰ ਲੌਂਚ ਕਰਤੀ ਲਾ ਐਫ ਆਈ ਆਰ ਲੌਂਚ ਕਰਕੇ ਗगन ਜੀ ਉਹਨਾਂ ਨੂੰ ਦੋਵਾਂ ਨੂੰ ਜਸਵੰਤ ਸਿੰਘ ਨੂੰ ਜਿਹੜਾ ਦਲਿਤ ਮੁੰਡਾ ਸੀਗਾ ਤੇ ਜਗਪਾਲ ਸਿੰਘ ਨੂੰ ਅਗਲੇ ਦਿਨ ਮਜੈਸਟਰੇਟ ਦੇ ਪੇਸ਼ ਕਰਕੇ ਜੇਲ੍ਹ ਪਈ। ਅੱਛਾ ਬਰਾਰ ਸਾਹਿਬ ਵੈਸੇ ਐਫ ਆਈ ਆਰ ਜੇ ਦਰਜ ਕਿਸੇ ਨੇ ਕਰਾਉਣੀ ਹੋਵੇ ਬਹੁਤ ਔਖੀ ਹੈ। ਉੱਥੇ ਮੌਕੇ ਤੇ ਹੀ ਕਰ ਲੀ। ਬਿਲਕੁਲ ਜੀ ਬਿਲਕੁਲ ਇਮੀਡੀਏਟਲੀ ਦਰਖਾਸਤ ਲੇਤੀ ਪਰਚਾ ਦਰਜ ਕਰਤਾ ਗਗਨ ਜੀ। ਐਂਡ ਉਸ ਤੋਂ ਬਾਅਦ ਜਿਹੜੀ ਮਜ਼ੇਦਾਰ ਗੱਲ ਹੈ ਕਿ 25 ਸਤੰਬਰ 2019 ਨੂੰ ਕੋਰਟ ਦੇ ਵਿੱਚ ਚਲਾਨ ਵੀ ਪੇਸ਼ ਕਰਦਾ ਜਿਦੇ ਕੋਈ ਰਿਕਵਰੀ ਮੀਮੋ ਨਹੀਂ ਸ਼ੋ ਤਾਂ ਕਰੇ ਕਿ ਕੀ ਚੀਜ਼ ਚੋਰੀ ਕੀਤੀ ਹੈ ਜਗਪਾਲ ਨੇ। ਕੋਈ ਕਲਟੀਵੇਟਰ ਨਹੀਂ ਹੈਗੇ ਉੱਥੇ ਕੋਈ ਰਿਕਵਰੀ ਮੀਮੋ ਵੀ ਜੀ ਇੱਥੋਂ ਬਰਾਮਦ ਕਰਕੇ ਲਿਆ ਮੈਂ ਕਲਟੀਵੇਟਰ। ਹੂੰ ਕੁਛ ਕਲਟੀਵੇਟਰ ਕੀ ਗੱਲ ਜਗਪਾਲ ਸਿੰਘ ਕਿਤੇ ਸਿੱਟਿਆ ਹੱਥ ਨਾਲ ਚੱਕ ਕੇ ਜਾਂ ਕੁਝ ਕਰਿਆ ਜਾਂ ਕਲਟੀਵੇਟਰ ਤੋੜਤੇ ਉਹਨੇ ਹੂੰ ਉਹਨੂੰ ਤਾਂ ਤੂੰ ਜੇਲ੍ਹ ਚ ਭੇਜਤਾ ਸੀ ਜੇ ਕਲਟੀਵੇਟਰ ਇਹ ਵੀ ਚੀਜ਼ ਤੁਸੀਂ ਕੋਰਟ ਕੀਤੀ ਹੋਈ ਹੈ ਬਿਲਕੁਲ ਕੀਤੀ ਹੋਈ ਹੈ 134 ਨੰਬਰ ਐਫ ਆਈ ਆਰ ਵਾਰੇ ਕੀਤੀ ਸੀ ਉਹਦੇ ਬਾਰੇ ਸਿੱਟ ਨੇ ਕਹਿੰਦੇ ਵੀ ਉਹ ਆਲਰੇਡੀ ਟੂ ਕੋਰਟ ਹੈ ਜੀ ਵੀ ਕਾਂਟ ਕਮੈਂਟ ਔਨ 댓 ਹੂੰ ਕਿਉਂਕਿ ਉਹ ਕੋਰਟ ਦੇ ਵਿੱਚ ਮੈਟਰ ਆਲਰੇਡੀ ਦੇ ਚੁੱਕੇ ਆ ਤੁਸੀਂ ਉਹ ਕੋਰਟ ਦੀ ਕੁਐਸ਼ਨਿੰਗ ਕਰਾ ਲਓ ਹੂੰ ਚਲੋ 댓 ਇਜ਼ ਅ ਕੋਰਟ ਮੈਟਰ ਹੂੰ ਉਸ ਤੋਂ ਬਾਅਦ ਇਹਦੋ ਜੋ ਜਸਵੰਤ ਸਿੰਘ ਤੇ ਇਹਨਾਂ ਨੂੰ ਜੇਲ੍ਹ ਭੇਜਤਾ ਜੇਲ੍ਹ 'ਤੇ ਜਿੰਤੋਂ ਬਾਅਦ 14 ਤਰੀਕ ਨੂੰ ਜਦੋਂ ਜੇਲ੍ਹ ਭੇਜਿਆ ਮੈਜਿਸਟਰੇਟ ਦੇ ਪੇਸ਼ ਕਰਕੇ ਕੋਈ ਰਿਮਾਂਡ ਨਹੀਂ ਦਿੱਤਾ ਕੁਛ ਨਹੀਂ ਦਿੱਤਾ ਕਿਉਂਕਿ ਰਿਮਾਂਡ ਖਾਦਾ ਲੈਣਾ ਸੀ ਜੇ ਕੋਈ ਰਿਕਵਰੀ ਕਰਾਉਣ ਦੀ ਰਿਮਾਂਡ ਲੈਂਦਾ 14 ਤਰੀਕ ਨੂੰ ਜੇਲ੍ਹ ਭੇਜੀ ਤਾਂ 17 ਤਰੀਕ ਨੂੰ ਜਗਪਾਲ ਸਿੰਘ ਦੀ ਖੰਨੀ ਉਹ ਹੀ ਜੱਜ ਸਾਹਿਬ ਨੇ ਜਮਾਨਤ ਕਰਤੀ 17 ਤਰੀਕ ਨੂੰ ਰਾਤ ਨੂੰ ਜਦੋਂ ਜੇਲ੍ਹ ਚੋਂ ਛੁੱਟ ਕੇ ਆਇਆ ਜਗਪਾਲ ਸਿੰਘ 17 ਸ਼ਾਮ ਨੂੰ ਹੀ ਉਹ ਫੋਟੇਸ ਹਸਪੀਟਲ ਲੁਧਿਆਣਾ ਐਡਮਿਟ ਹੋ ਗਿਆ ਕਿਉਂਕਿ ਉਹਦੀ ਮਾਰ ਮਾਰ ਕੇ ਲੱਤ ਸੁਜਾਤੀ ਤੋੜਤੀ ਮਤਲਬ ਟੋਟੀ ਨਹੀਂ ਮਤਲਬ ਉਹਨੂੰ ਲਹੂ ਲਹਾਨ ਕਰਤੀ ਕੋਈ ਟ੍ਰੀਟਮੈਂਟ ਨਹੀਂ ਕੀਤਾ ਹੋਇਆ ਜੇਲ੍ਹ ਵੀ ਨਹੀਂ ਹੋਇਆ ਚਲੋ ਤੋ 3 ਦਿਨ ਬਾਅਦ ਉਹ ਬੰਦਾ ਬਾਹਰ ਆ ਕੇ ਫੋਟੋਸ ਹਸਪੀਟਲ ਚ ਅਟਿਆ ਹੋਇਆ 3 ਦੋ ਰਾਤਾਂ ਰਿਹਾ ਉਹ ਹੂੰ ਉੱਥੋਂ ਆਦਾ ਟ੍ਰੀਟਮੈਂਟ ਕਰਾਇਆ ਉਹਦਾ ਮੈਡੀਕਲ ਰਿਕਾਰਡ ਹੈ ਉਹ ਸੀ ਆਲਰੇਡੀ ਸਿੱਟ ਨੂੰ ਦੇ ਚੁੱਕੇ ਆਂ ਔਰਟ ਚ ਵੀ ਲਾਇਆ ਸੀਗੇ ਔਨਰੇਬਲ ਹਾਈ ਕੋਰਟ ਦੇ ਵਿੱਚ ਤੇ ਇੱਥੇ ਵੀ ਅਸੀਂ ਉਹਨਾਂ ਨੂੰ ਸਿੱਟ ਨੂੰ ਉਹਨੂੰ ਦੇਤਾ ਰਿਕਾਰਡ ਚਲੋ ਉਹ ਫੋਟੋਸ ਜਦੋਂ ਆ ਕੇ ਬੰਦਾ ਬਾਹਰ ਆਇਆ ਆ ਕੇ ਜੀ ਬੰਦਾ ਇੰਨਾ ਖ ਜ਼ਿਆਦਾ ਉਹਨੂੰ ਪਤਾ ਸੀ ਹੂੰ ਇਟ ਵਾਸ ਇਨ ਨੋਲੇਜ ਕਿ ਉਹਨੂੰ ਬਿਲਕੁਲ ਜਾਨੂ ਸੀ ਕਿ ਮੇਰੀ ਵੀਡੀਓ ਬਣਾਈ ਗਈ ਵੀਡੀਓ ਬਣਾਈ ਗਈ ਠੀਕ ਹੈ ਨਾ ਜੀ ਕਿਉਂਕਿ ਫੋਨ ਦਾ ਕੈਮਰਾ ਜੇ ਆਪਾਂ ਗਗਨ ਜੀ ਐ ਕਰਕੇ ਰੱਖੀਏ ਤਾਂ ਉਹ ਕਹਿੰਦਾ ਵੀ ਬਿਲਕੁਲ ਹੁਣੇ ਕਹਿ ਕੇ ਬਣਾਈ ਐ ਨਾਲੇ ਬਿਲਕੁਲ ਕਹਿ ਕੇ ਬਣਾਈ ਐ ਕਿ ਮੈਂ ਤੇਰੀ ਵੀਡੀਓ ਬਣਾ ਰਿਹਾ ਬਣਾ ਰਿਹਾ ਠੀਕ ਆਪਦੇ ਆਪਦੇ ਉਸ ਤੇ ਖੜਾ ਸੀ ਗਗਨ ਜੀ ਕੁਰਸੀ ਤੇ ਕੁਰਸੀ ਤੋਂ ਖੜਾ ਹੋ ਕੇ ਉਹਨੇ ਕਹਿਆ ਵੀ ਆ ਦੇਖੋ ਮੈਂ ਤੁਹਾਡੀ ਵੀਡੀਓ ਬਣਾ ਇਹ 2020 ਦਾ ਜ਼ਮਾਨਾ ਚੱਲ ਰਿਹਾ ਹੈ ਇਹ ਉਹ ਦੌਰ ਚੱਲਦਾ ਜਦੋਂ ਵੱਡੇ ਵੱਡੇ ਪੱਧਰ ਤੇ ਹਿਊਮਨ ਰਾਈਟਸ ਦੀ ਗੱਲ ਕੀਤੀ ਜਾਂਦੀ ਹੈ ਜਾਂ ਮਨੁੱਖੀ ਅਧਿਕਾਰਾਂ ਦੀ ਗੱਲ ਕੀਤੀ ਜਾਂਦੀ ਹੈ ਇਹ ਕੋਈ 90 ਦੌਰ ਦਾ 90 ਦਾ ਦੌਰ ਨਹੀਂ ਹੈ ਜੇ ਜਦੋਂ ਕਿਹਾ ਜਾਂਦਾ ਸੀ ਕਿ ਕਾਲਾ ਦੌਰ ਹੈ ਮੈਂ ਖੁਦ ਨਹੀਂ ਦੇਖਿਆ ਪਰ ਇਸ ਤਰ੍ਹਾਂ ਦੇ ਵੀਡੀਓ ਬਰਾੜ ਸਾਹਿਬ ਜਿੱਦਾਂ ਇਸ ਤਰ੍ਹਾਂ ਦੇ ਵੀਡੀਓ ਸਾਹਮਣੇ ਆਉਂਦੀਆਂ ਨੇ ਬਿਲਕੁਲ ਉਹੀ ਲੱਗਦਾ ਕਿ ਜੋ ਅਸੀਂ ਫਿਲਮਾਂ ਦੇ ਵਿੱਚ ਦੇਖਦੇ ਆ ਕਿ ਪੁਲਿਸ ਰਾਤੋ-ਰਾਤ ਚੱਕਦੀ ਸੀ ਕੇਸ ਦਰਜ ਕੀਤੇ ਜਾਂਦੇ ਸੀਗੇ ਬਿਲਕੁਲ ਗਗਨ ਜੀ ਇਸ ਗੱਲ ਦਾ ਦੇਖੋ 90 ਦਾ ਦੌਰ ਤੁਸੀਂ ਬਿਲਕੁਲ ਸਹੀ ਗੱਲ ਕੀਤੀ 90 ਦਾ ਦੌਰ ਤਾਂ ਮੈਂ ਵੀ ਨਹੀਂ ਦੇਖਿਆ ਮੈਂ ਪਰ ਜਿਹੜੀ ਇੱਕ 1984 ਮੂਵੀ ਬਣੀ ਹੈ ਉਹ ਇਟ ਮੀਨਸ ਜੇ ਅੱਜ ਦੇਖਿਆ ਜਾਵੇ ਇਸ ਵੀਡੀਓ ਨੂੰ ਦੇਖ ਕੇ ਤਾਂ ਉਹਦੇ ਤੇ ਆਪਾਂ ਕਹਿ ਸਕਦੇ ਹਾਂ ਕਿ ਉਹ ਸਹੀ ਵੀਡੀਓ ਬਣਾਈ ਗਈ ਹੈ ਕਿਸੇ ਟੂ ਫੈਕਟਸ ਤੇ ਬਣਾਈ ਗਈ ਹੈ ਬਿਕਾਜ਼ ਇਟ 올 ਹੈਪਨਡ ਕਿ ਜੇ ਹੁਣ ਹੋ ਸਕਦਾ ਹੈ ਜੇ ਬਲਜਿੰਦਰ ਮਲਜਮ ਹੁਣ ਕਰ ਸਕਦਾ ਹੈ ਇਹ ਕੰਮ ਤਾ ਉਹ ਵਾਕਈ ਉਹ ਵੀ ਕਰ ਸਕਦਾ ਜਦੋਂ ਉਹਨੂੰ ਪਤਾ ਹੈ ਕਿ ਹੁਣ ਤਾਂ ਬਹੁਤ ਹਿਊਮਨ ਰਾਈਟਸ ਹੁਣ ਤਾਂ ਹੁਣ ਤਾਂ ਆਰਟੀਆਈ ਦਾ ਜ਼ਮਾਨਾ ਜੀ ਕੈਮਰੇ ਇੰਨੇ ਇੰਨੇ ਆ ਗਏ ਉਹ ਤਾਂ ਕੁਝ ਵੀ ਹੋਰ ਇਸ ਦੌਰ ਦੇ ਵਿੱਚ ਹੀ ਤਾਂ ਹੋ ਰਹੀ ਰਹੇ ਇੱਕ ਮਿੰਟ ਦਲਮੀਗ ਸਿੰਘ ਜੀ ਦਾ ਲੈ ਲਈਏ ਦਲਮੀਗ ਸਿੰਘ ਜੀ ਨੇ ਸਾਡੇ ਨਾਲ ਸਾਬਕਾ ਸਕੱਤਰ ਨੇ ਸ਼੍ਰੋਮਣੀ ਕਮੇਟੀ ਦੇ ਦਲਮੀਗ ਜੀ ਜਿਹੜਾ ਇਹ ਮਾਮਲਾ ਤੁਸੀਂ ਵੀ ਬਹੁਤ ਜ਼ਿਆਦਾ ਇਹਦੇ ਵਿੱਚ ਮੈਨੂੰ ਲੱਗਦਾ ਮੈਂ ਕਹਿੰਦਾ ਵਧਾਈ ਤੇ ਵੀ ਪਾਤਨ ਵਜੇ ਵਧਾਈ ਤੁਹਾਨੂੰ ਦਵਾਂਗੇ ਜਦੋਂ سزا ਮਿਲ ਜੂਗੀ ਤੁਸੀ ਪਰ ਬਹੁਤ ਜ਼ਿਆਦਾ ਮਿਹਨਤ ਕੀਤੀ ਐ ਇਸ ਮਾਮਲੇ ਦੇ ਵਿੱਚ ਆਵਾਜ਼ ਬਹੁਤ ਬੁਲੰਦ ਕੀਤੀ ਐ ਤੁਸੀਂ ਉਹ ਕਿੱਦਾਂ ਦਾ ਲੱਗਦਾ ਤੁਸੀਂ ਸ਼੍ਰੋਮਣੀ ਕਮੇਟੀ ਦੇ ਨਾਲ ਵੀ ਐਸੋਸੀਏਟ ਰਹੇ ਹੋ ਖਾਸ ਤੌਰ ਤੇ ਸਿੱਖ ਮਸਲਿਆਂ ਦੇ ਵੀ ਬਹੁਤ ਜਾਣਕਾਰ ਹੋ ਪਰ ਜਦੋਂ ਇਹ ਇਹ ਚੀਜ਼ ਦੇਖੀ ਆ ਕਿ ਪਹਿਲਾ ਕਮੈਂਟ ਕੀ ਹੋਇਆ ਜਦੋਂ ਇਹ ਤੁਹਾਨੂੰ ਤੁਹਾਡੇ ਤੱਕ ਇਹ ਵੀਡੀਓ ਪਹੁੰਚਦੀ ਐ ਬੇਦੀ ਸਾਹਿਬ ਸਭ ਤੋਂ ਪਹਿਲਾਂ ਤਾਂ ਮੈਂ ਇੱਕ ਗੱਲ ਕਰਨੀ ਚਾਹਨਾ ਕਿ ਜਦੋਂ ਮੈਂ ਇਹ ਵੀਡੀਓ ਦੇਖੀ ਆਮ ਮਨੁੱਖ ਇਹਨਾ ਸੋਚ ਵੀ ਨਹੀਂ ਸਕਦਾ ਹੂੰ ਕਿ ਇੱਕ ਪਾਵਰ ਵਾਲਾ ਆਦਮੀ ਹੂੰ ਜਾਂ ਇੱਕ ਵਰਦੀ ਵਾਲਾ ਹੂੰ ਜਿਸ ਵਰਦੀ ਦਾ ਇਹ ਧਰਮ ਵੀ ਹੁੰਦਾ ਹੈ ਕਿ ਉਹ ਮਜ਼ਲੂਮ ਤੇ ਗਰੀਬ ਦੀ ਰੱਖਿਆ ਕਰੇ ਰੱਖਿਆ ਕਰੇ ਜਿਹੜੀ ਉਹਨੂੰ ਇਨਸਾਫ ਦੇਣ ਲਈ ਪਹਿਨਾਈ ਜਾਂਦੀ ਹੈ ਉਹ ਇਨਸਾਫ ਉਹਨੇ ਕਨਸਟੀਟਿਊਸ਼ਨ ਤੋਂ ਲੈ ਕੇ ਦੇਣਾ ਹੁੰਦਾ ਹੈ ਪਰ ਜਦੋਂ ਮਨੁੱਖ ਦੀਆਂ ਮੰਨ ਕੇ ਤਕੜੇ ਦੀ ਮੰਨ ਕੇ ਮਾੜੇ ਨੂੰ ਕੁੱਟ ਲੈ ਹੂੰ ਉਹ ਕਾਨੂੰਨ ਨੂੰ ਅਲਮਾਰੀ ਚ ਰੱਖ ਕੇ ਕਿਸੇ ਦਾ ਆਦੇਸ਼ ਟੈਲੀਫੋਨ ਤੇ ਲੈਂਦਾ ਤਕੜੇ ਦਾ ਤੇ ਤਕੜੇ ਦੇ ਆਦੇਸ਼ ਤੇ ਮਾੜੇ ਕੋਲੋਂ ਜ਼ਮੀਨ ਖਾਲੀ ਕਰਾਉਂਦਾ ਤੇ ਉਹ ਮਾੜੇ ਕੋਲੋਂ ਜ਼ਮੀਨ ਖਾਲੀ ਕਰਾਉਣ ਲਈ ਜਿਹੜਾ ਤਸ਼ੱਦਦ ਕਰਦਾ ਹੂੰ ਜਿਸ ਤਰ੍ਹਾਂ ਉਹ ਉਹਨਾਂ ਨੂੰ ਨਿਰਵਸਤਰ ਕਰਦਾ ਮੈਂ ਸਮਝਦਾ ਕਿ ਸਾਡੀ ਸੁਸਾਇਟੀ ਜਿਹੜੀ ਅੱਜ ਅਸੀਂ 21ਵੀਂ ਸਦੀ ਚ ਜੋ ਰਹੇ ਆ ਹੂੰ ਜਿਸ 21ਵੀਂ ਸਦੀ 'ਚ ਸਾਰਾ ਯੂਰਪ ਇੱਕ ਬੰਦੇ ਦੇ ਗੋਡੇ ਤੇ ਗੋਡਾ ਰੱਖਣ ਲਈ ਧੌਣ ਤੇ ਸਾਰਾ ਇਕੱਠਾ ਹੋ ਜਾਂਦਾ ਹੈ ਜਿਸ 21ਵੀਂ ਸਦੀ ਵਿੱਚ ਇੱਕ ਪੁਲਿਸ ਵਾਲਾ 트ੰਪ ਨੂੰ ਕਹਿੰਦਾ ਹੈ ਕਿ ਜੇ ਤੈਨੂੰ ਬੋਲਣਾ ਨਹੀਂ ਆਉਂਦਾ ਤਾਂ ਚੁੱਪ ਰਹਿ ਤੇ ਉਹ 21ਵੀਂ ਸਦੀ 'ਚ ਇੱਕ ਪੁਲਿਸ ਵਾਲਾ ਤਿੰਨ ਬੰਦਿਆਂ ਨੂੰ ਨੰਗੇ ਕਰਦਾ ਤੇ ਉਹਨਾਂ ਦੀ ਧਾਰਮਿਕ ਆਸਥਾ ਜਿਹੜੇ ਉਹਨਾਂ ਦੇ ਕਕਾਰ ਨੇ ਉਹਨਾਂ ਨੂੰ ਲਾਉਂਦਾ ਤੇ ਉਹਨਾਂ ਨੂੰ ਸਾਰੀ ਰਾਤ ਕਹਿੰਦਾ ਕਿ ਨੰਗੇ ਰੱਖੋ ਉਹ ਕਿਸੇ ਕਾਨੂੰਨ ਚ ਨਹੀਂ ਇਹ ਗੱਲਾਂ ਆਉਂਦੀਆਂ ਉਹ ਕਿਸੇ ਕਾਨੂੰਨ ਦੇ ਕਹਤੇ ਨਹੀਂ ਕਰਦਾ ਸਭ ਤੋਂ ਵੱਡੀ ਮਾੜੀ ਗੱਲ ਇਹ ਆ ਕਿ ਉਹ ਉਹਨਾਂ ਲੋਕਾਂ ਦੇ ਸਾਹਮਣੇ ਕਰਦਾ ਜਿਹੜੇ ਤਖੜੇ ਨੇ ਜਿਨ੍ਹਾਂ ਕੋ ਪਾਵਰ ਹੈ ਉਹਨਾਂ ਨੂੰ ਉਹ ਦਿਖਾਉਂਦਾ ਕਿ ਮੈਂ ਤੁਹਾਡੇ ਕਹੇ ਤੇ ਕਰ ਰਿਹਾ ਦੇਖੋ ਮੈਂ ਇਹਨਾਂ ਨਾਲ ਕੀ ਕਰ ਰਿਹਾ ਹੂੰ ਹੂੰ ਉਹਨਾਂ ਨੂੰ ਦਿਖਾ ਰਿਹਾ ਹੈ ਕਰ ਕੀ ਨਾ ਨਾ ਰਿਹਾ ਪਿਓ ਪੁੱਤ ਨੂੰ ਹੂੰ ਅਮਮ ਸਾਹਮਣੇ ਖੜੇ ਕਰਕੇ ਉਹਨਾਂ ਨੂੰ ਜਿਹੜਾ ਸਭ ਤੋਂ ਜ਼ਿਆਦਾ ਮੈਨੂੰ ਮੈਸ ਮੈਦਾਨ ਸਾਡੀ ਸੁਸਾਇਟੀ ਸਾਡਾ ਸਮਾਜ ਮੈਨੂੰ ਇੱਥੇ ਸ਼ਰਮ ਆਉਂਦੀ ਹੈ ਕਿ ਅਸੀਂ ਇਸ ਸਮਾਜ 'ਚ ਰਹਨੇ ਆ ਜਿੱਥੇ ਇਹ ਬੇਇਨਸਾਫੀ ਦੇ ਖਿਲਾਫ ਬੋਲਣ ਵਾਲੇ ਨੂੰ ਕਿਹਾ ਜਾਂਦਾ ਕਿ ਨਾ ਨਾ ਬੋਲਿਓ ਨਾ ਇਹ ਤਾਂ ਥਾਣੇ ਇਹ ਤਾਂ ਕਿਸੇ ਤੋਂ ਵੀ ਤੁਹਾਨੂੰ ਐ ਕਰ ਦੂਗਾ ਇਹ ਤੁਹਾਨੂੰ ਐ ਕਰ ਦੂਗਾ ਫਿਰ ਕੀ ਜਿਉਣ ਦੀ ਸਾਡੀ ਕੀ ਗਰੰਟੀ ਹੈ ਕਿ ਅਸੀਂ ਹੋਰ ਕਿੰਨੇ ਸਾਲ ਜਿਉ ਲਾਂਗੇ ਜੇ ਅਸੀਂ ਨਹੀਂ ਬੋਲਾਂਗੇ ਫਿਰ ਕੀ ਗਰੰਟੀ ਹੈ ਬਿਮਾਰੀ ਨਾਲ ਵੀ ਤਾਂ ਮਰ ਜਾਾਂਗੇ ਹਮ ਹਮ ਜਿਸ ਦਿਨ ਪਹਿਲੇ ਦਿਨ ਮੈਂ ਦੇਖੀ ਮੈਂ ਰੰਧਾਵੇ ਨੂੰ ਟੈਲੀਫੋਨ ਕੀਤਾ ਪੰਜਾਬ ਟੀਵੀ ਤੇ ਮੈਂ ਕਿਹਾ ਮੈਂ ਇਹਦੇ ਖਿਲਾਫ ਪਹਿਲੇ ਦਿਨ ਬੋਲਣਾ ਚਾਹੁੰਨਾ ਹਮ ਹਮ ਜਦੋਂ ਵੀਡੀਓ ਤੁਹਾਡੇ ਤੱਕ ਪਹੁੰਚੀ ਹੈ ਹਾਂ ਪਹਿਲੇ ਹੀ ਦਿਨ ਮੈਨੂੰ ਤੇ ਉਦੋਂ ਇਹ ਥਾਣੇਦਾਰ ਉੱਥੇ ਲੱਗਿਆ ਹੋਇਆ ਸੀ ਇਸ ਪਿੰਡ ਉਸੇ ਥਾਣੇ ਦੇ ਵਿੱਚ ਉਸੇ ਥਾਣੇ ਦੇ ਵਿੱਚ ਸਭ ਤੋਂ ਪਹਿਲੇ ਦਿਨ ਮੈਂ ਉਹ ਵੀਡੀਓ ਪਾਈ ਉਸ ਦਿਨੇ ਉੱਥੇ ਸੀ ਕਿ ਮੈਂ ਉਦੋਂ ਵੀ ਇਹੀ ਗੱਲ ਕਹੀ ਸੀ ਕਿ ਸਾਡੇ ਸਮਾਜ ਨੂੰ ਸਾਡੇ ਸਮਾਜ ਦੇ ਵੱਡੇ ਚੌਧਰੀਆਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਅਸੀਂ ਇਸ ਸਮਾਜ 'ਚ ਰਹਿ ਰਹੇ ਹਾਂ ਜਿੱਥੇ ਅੱਜ ਇੱਕ ਤਕੜਾ ਕੋਈ ਪਤਾ ਨਹੀਂ ਕਿ ਇੱਕ ਤਕੜਾ ਵਰਦੀ ਵਾਲਾ ਜਾਂ ਵੈਸੇ ਵੀ ਕੋਈ ਪਾਵਰਫੁੱਲ ਆਦਮੀ ਕਿਸੇ ਨੂੰ ਕਿੰਨੇ ਹਨੇਰੇ 'ਚ ਧੱਕ ਦੇ ਕਿਸੇ ਬੰਦੇ ਨੂੰ ਵੀ ਆਮ ਬੰਦੇ ਨੂੰ ਕਿੰਨਾ ਕਿਸ ਹੱਦ ਤੱਕ ਜਲੀਲ ਕਰ ਸਕਦਾ ਹ ਹ ਇਹ ਤਾਂ ਮੇਰੀ ਕੋਈ ਮੇਰੀ ਕੋਈ ਬਲਜਿੰਦਰ ਸਿੰਘ ਨਾਲ ਪਰਸਨਲ ਜਿੱਦ ਨਹੀਂ ਮੈਂ ਉਹਨੂੰ ਕੋਈ ਪਰਸਨਲ ਮੇਰੀ ਕੋਈ ਲੜਾਈ ਨਹੀਂ ਮੈਂ ਨਾ ਚਾਹਣਾ ਪਰ ਮੈਂ ਇਹੀ ਚਾਹਣਾ ਕਿ ਜਿਹੜਾ ਵਰਦੀ ਦਾ ਧਰਮ ਹੈ ਜਿਹੜੀ ਵਰਦੀ ਉਹਨੂੰ ਪਹਿਨਾਈ ਕਿ ਕਿ ਤੂੰ ਲੋਕਾਂ ਨੂੰ ਇਨਸਾਫ ਦੇਣਾ ਹੈ ਜਿਹੜੀ ਵਰਦੀ ਉਹਨੂੰ ਪਹਿਨਾਈ ਗਈ ਸੀ ਕਿ ਤੂੰ ਮਜ਼ਲੂਮਾਂ ਦੀ ਰੱਖਿਆ ਕਰਨੀ ਹੈ ਉਹਨੇ ਉਸ ਵਰਦੀ ਦੀ ਨਜਾਇਜ਼ ਫਾਇਦਾ ਉਠਾਇਆ ਬਿਲਕੁਲ ਬਿਲਕੁਲ ਸਾਰ ਉਸ ਵਰਦੀ ਦੇ ਸਿਰ ਤੇ ਉਹਨੇ ਉਹਨਾਂ ਲੋਕਾਂ ਨਾਲ ਜਿਹੜੀ ਜ਼ੁਲਾਲਤ ਕੀਤੀ ਮੈਂ ਅੱਜ ਵੀ ਫੇਰ ਕਹਣਾ ਕਿ ਇਸ ਸਮਾਜ ਦੇ ਸਾਰੇ ਮੋਤਬਰ ਇਸ ਸਮਾਜ ਦੇ ਸਾਰੇ ਰਾਜਨੀਤਿਕ ਲੋਕ ਇਸ ਘਟਨਾ ਨੂੰ ਉਸ ਤਰ੍ਹਾਂ ਲੈਣ ਕਿ ਅਸੀਂ ਇਹ ਇੱਥੇ ਰਹਨੇ ਆ ਅੱਜ ਇਹਦੇ ਨਾਲ ਹੁੰਦੀ ਆ ਕੱਲ ਨੂੰ ਕਿਸੇ ਹੋਰ ਨਾਲ ਹੋਏਗੀ ਅੱਜ ਇੱਕ ਥਾਣੇਦਾਰ ਆ ਕਰਦਾ ਕੱਲ ਨੂੰ ਇਹ ਆ ਜਾਂਦਾ ਮੈਂ ਸਭ ਤੋਂ ਵੱਧ ਵਕੀਲ ਸਾਹਿਬ ਦਾ ਵੀ ਤੇ ਮਨਿੰਦਰ ਉਹ ਮਨਵਿੰਦਰ ਸਿੰਘ ਗਿਆਸਪੁਰਾ ਦਾ ਵੀ ਤੇ ਉਹ ਸਾਰੇ ਲੋਕਾਂ ਨੂੰ ਸਲੂਟ ਕਰਦਾ ਜਿਨ੍ਹਾਂ ਨੇ ਇਹਦੇ 'ਚ ਥੋੜਾ ਬਹੁਤਾ ਵੀ ਯੋਗਦਾਨ ਪਾਇਆ ਅੱਛਾ ਦਲਮੀਤ ਜੀ ਇੱਕ ਚਲੋ ਇਹਦੇ ਨਾਲ ਇਸ ਚੀਜ਼ ਦੇ ਵਿੱਚ ਜ਼ਿਕਰ ਕਰ ਲੈਣੇ ਆ ਜਦੋਂ ਇੱਕ ਪੁਲਿਸ ਮੁਲਾਜ਼ਮ ਦਾ ਹੱਥ ਵੱਡਿਆ ਜਾਂਦਾ ਹਰਜੀਤ ਸਿੰਘ ਦਾ ਤਾਂ ਸਾਰੇ ਪਾਸੇ ਲੋਕ ਲਹਿਰ ਬਣ ਜਾਂਦੇ ਚਲੋ ਜੋ ਵੀ ਹੋਇਆ ਗਲਤ ਹੋਇਆ ਸਜ਼ਾਵਾਂ ਵੀ ਮਿਲੀਆਂ ਬਹੁਤ ਲੋਕਾਂ ਨੇ ਸਪੋਰਟ ਵੀ ਕੀਤੀ ਤਾਂ ਲੱਗਦਾ ਕਿ ਇਹ ਇਹ ਮਾਮਲਾ ਜਿਹੜਾ 19 ਸਪੋਰਟ ਲੋਕਾਂ ਨੂੰ ਦੇਣੀ ਚਾਹੀਦੀ ਹੈ ਜੇ ਘਰ ਘਰ ਮੈਨੂੰ ਲੱਗਦਾ ਆਵਾਜ਼ ਬੁਲੰਦ ਹੋ ਜਾਏ ਤਾਂ ਇਹ ਕੋਈ ਬਹੁਤਾ ਔਖਾ ਨਹੀਂ ਹੈ ਕਿਉਂਕਿ ਇਹ ਮਾਮਲਾ ਲੱਗਦਾ ਬਿਲਕੁਲ ਇੱਕ ਆਪਾਂ ਦੇਖੀਏ ਪਹਿਲੀ ਅਖਬਾਰ ਦੇਖਣੀ ਚ ਦੇਖੀਏ ਕਿ ਬਿਲਕੁਲ ਲੱਗਦਾ ਕਿ ਤੱਕਾ ਹੋਇਆ 100% ਦੀ ਤੱਕਾ ਹੋਇਆ ਨਹੀਂ ਉਹਦੇ ਚ ਇੱਕ ਮੈਨੂੰ ਲੱਗਦੀ ਹੈ ਸਾਡੇ ਸਮਾਜਿਕ ਜਿਹੜੀ ਆਮ ਤੌਰ ਤੇ ਵਰਤਾਰਾ ਹੈ ਉਹਦੇ ਚ ਇੱਕ ਕਮੀ ਪਹਿਲੀ ਇਹ ਹੈ ਕਿ ਹਰ ਬੰਦਾ ਚਾਹੁੰਦਾ ਹੈ ਕਿ ਇਸ ਲੜਾਈ ਨੂੰ ਕੋਈ ਹੋਰ ਲੜੇ ਕੋਈ ਹੋਰ ਲੜੇ ਹੂੰ ਹੂੰ ਭਗਤ ਸਿੰਘ ਜੰਮੇ ਗਵਾਂਡੀਆਂ ਦੇ ਤੇ ਦੇਸ਼ ਆਜ਼ਾਦ ਸਾਡਾ ਹੋਵੇ ਹੂੰ ਸਾਡੀ ਇਹ ਪ੍ਰਵਿਰਤੀ ਹੈ ਦੂਸਰਾ ਇੱਕ ਹੋਰ ਹੈ ਕਿ ਪੁਲਿਸ ਵਾਲਾ ਨਾ ਬਣਾ ਕੇ ਰੱਖੋ ਜਿਹਨੂੰ ਥਾਣੇਦਾਰ ਚਾਹ ਪਲਾਉਂਦਾ ਹੈ ਨਾ ਜਾਂ ਐਸਪੀ ਚਾਹ ਪਲਾਉਂਦਾ ਉਹ ਦੋ ਦਿਨ ਤੱਕ ਪਿੰਡ ਜਾ ਕੇ ਲੋਕਾਂ ਨਾਲ ਹੱਥ ਹੀ ਨਹੀਂ ਮਿਲਾਉਂਦਾ ਇਹ ਮੈਨੂੰ ਥਾਣੇਦਾਰ ਨੇ ਚਾਹ ਪਲਾਈ ਹੈ ਥਾਣੇਦਾਰ ਨੇ ਬਗੜ ਨਹੀਂ ਕੀਨੇ ਹੂੰ ਹੂੰ ਥਾਣੇਦਾਰ ਦੀ ਉਹ ਬਹੁਤ ਕਮੇਰ ਹੈ ਥਾਣੇਦਾਰ ਨੂੰ ਹੋ ਗਿਆ ਥਾਣੇਦਾਰ ਨੇ ਵਰਦੀ ਪਾ ਲਈ ਮੈਂ ਸਮਝਦਾ ਸਾਡੇ ਚੋਈ ਨੇ ਇਹ ਇਹਨਾਂ ਨੂੰ ਵੀ ਸਮਝਣਾ ਚਾਹੀਦਾ ਮੈਂ ਇੱਕ ਖਾਸ ਤੌਰ ਤੇ ਅਫਸਰਾਂ ਨੂੰ ਵੀ ਕਹਾਗਾ ਹੁਣ ਦੇਖੋ ਇੱਥੇ ਚੰਗੇ ਪੱਖ ਵੀ ਨੇ ਚੰਗੇ ਪੱਖੇ ਨੇ ਕਿ ਜੁਡੀਸ਼ਰੀ ਨੇ ਜੀ ਕਿਤੇ ਉਹ ਉਹਨੂੰ ਰਿਲੀਫ ਨਹੀਂ ਦੱਤੀ ਚਾਹੇ ਉਹ ਡਿਸਟ੍ਰਿਕਟ ਕੋਰਟ ਸੀ ਚਾਹੇ ਉਹ ਹਾਈ ਕੋਰਟ ਸੀ ਚਾਹੇ ਉਹ ਸੁਪਰੀਮ ਕੋਰਟ ਸੀ ਮੇਰਾ ਸਲੂਟ ਹੈ ਉਹਨਾਂ ਲੋਕਾਂ ਨੂੰ ਕੀ ਕਹਣਾ ਜੀ ਨਹੀਂ ਤਾਂ ਪੈਸੇ ਵਾਲਾ ਆਦਮੀ ਚਾਹਦਾ ਸੀ ਆਪ ਆਮ ਲੋਕ ਠਾਣੇਦਾਰ ਕਹਿੰਦੇ ਸੀ ਕਿ ਉਹਦੇ ਕੋਲ ਇੰਨੇ ਕੁ ਪੈਸੇ ਹੈਗੇ ਨੇ ਕੋਈ ਗੱਲ ਨਹੀਂ ਉਹ ਹੋ ਜਾਏਗਾ ਠੀਕ ਹਮ ਹਰ ਬੰਦੇ ਨੂੰ ਸੀ ਠੀਕ ਹੈ ਜੀ ਪਹਿਲੀ ਗੱਲ ਇਹੀ ਬਹੁਤ ਲੋਕ ਕਹਿੰਦੇ ਸੀ ਕਿ ਜੋ ਹੀ ਨੂੰ ਇਹ ਪੈਸੇ ਦੇ ਦੇਗਾ ਮੈਂ ਉਸ ਗੱਲ ਲਈ ਪ੍ਰਸ਼ੰਸਾ ਵੀ ਕਰਦਾ ਹਾਂ ਇਹਨਾਂ ਸਾਰੇ ਲੋਕਾਂ ਦੀ ਠੀਕ ਹੈ ਪੁਲਿਸ ਅਫਸਰਾਂ ਤੇ ਵੀ ਮੈਂ ਆਸ ਕਰਦਾ ਅੱਜ ਦੇ ਪੁਲਿਸ ਅਫਸਰਾਂ ਦੀ ਸਿੱਟ ਜਿਨ੍ਹਾਂ ਦੀ ਇਸ ਇਨਕੁਆਰੀ ਨਾਲ ਪਰਚਾ ਦਰਜ ਹੋਇਆ ਉਹ ਵੀ ਠੀਕ ਹੋਇਆ ਕਿਉਂਕਿ ਜੇ ਉਹ ਨਾ ਇਹ ਕੈਂ ਲਿਖ ਦੇ ਸ਼ਾਇਦ ਪਹਿਲੀ ਗੱਲ ਤਾਂ ਡਿਫਰੈਂਸ ਤਾਂ ਇਹਦਾ ਹੈ ਕਿ ਜੇ ਤਾਂ ਕੋਈ ਆਮ ਆਦਮੀ ਦੀ ਗਲਤੀ ਹੋਵੇ ਫਿਰ ਤਾਂ ਉਹਨੂੰ ਫੜ ਕੇ ਲਿਆ ਕੇ ਅਦਰ ਦੇ ਕੇ ਜਦ ਹੀ ਪਰਚਾ ਪਹਿਲਾਂ ਬਾਅਦ ਚ ਹੁੰਦਾ ਹੁਣ ਪਰਚਾ ਹੋਣ ਤੋਂ 4:30 ਨੇ ਬਾਅਦ ਉਹ ਅਦਰ ਆਇਆ ਇਹ ਇਹ ਬਿਲਕੁਲ ਇਹ ਬਹੁਤ ਜ਼ਿਆਦਾ ਸੋਚਦਾ ਸਾਨੂੰ ਸਾਰਿਆਂ ਨੂੰ ਜਿਹੜੇ ਨੇ ਮੈਨੂੰ ਇਹ ਪੁਲਿਸ ਵਾਲਿਆਂ ਨੂੰ ਵੀ ਚਾਹੀਦਾ ਹੈ ਕਿ ਜਦੋਂ ਇੱਕ ਦੋਸ਼ੀ ਬਣ ਗਿਆ ਫਿਰ ਉਹ ਚਾਹੇ ਨਾਰਮਲ ਆਦਮੀ ਹੋਵੇ ਤੇ ਚਾਹੇ ਪੁਲਿਸ ਵਾਲਾ ਹੋਵੇ ਹੀ ਸ਼ੁੱਡ ਬੀ ਟ੍ਰੀਟਡ ਇਕੁਅਲੀ ਕਾਨੂੰਨ ਸਭ ਲਈ ਬਰਾਬਰ ਆ ਬਰਾਬਰ ਹੋਣਾ ਚਾਹੀਦਾ ਪਰ ਇੱਥੇ ਮੈਨੂੰ ਇਹ ਲੱਗਦਾ ਹੈ ਕਿ ਅਜੇ ਵੀ ਜਿਹੜੀ ਲੋਕਾਂ ਸੇ ਜਿਵੇਂ ਮੈਂ ਡੀਜੀਪੀ ਸਾਹਿਬ ਨੂੰ ਮੈਸੇਜ ਕੀਤੇ ਨੇ ਕਿ ਤੁਸੀਂ ਸੁਸਾਇਟੀ ਨੂੰ ਇਹ ਮੈਸੇਜ ਦਿਓ ਕਿ ਲਾ ਉੱਪਰ ਹੈ ਲਾ ਤੋਂ ਉੱਪਰ ਕੋਈ ਨਹੀਂ ਇਹ ਪੁਲਿਸ ਲਈ ਵੀ ਉਹੀ ਲਾਏ ਜੇ ਪੁਲਿਸ ਵਾਲਾ ਗਲਤੀ ਕਰੇ ਦੋਸ਼ੀ ਬਣ ਗਿਆ ਉਹਦੇ ਲਈ ਵੀ ਉਹੀ ਬਿਲਕੁਲ ਕਾਨੂੰਨ ਸਭ ਦੇ ਲਈ ਇੱਕ ਹੋਣਾ ਚਾਹੀਦਾ ਦਿਲਮੇਗ ਸਿੰਘ ਜੀ ਤੁਹਾਨੂੰ ਕੋ ਵਾਪਸ ਗੱਲਬਾਤ ਕਰਾਂਗੇ ਅਬਰਾਰ ਸਾਹਿਬ ਜਿਵੇਂ ਉਹਨਾਂ ਨੇ ਗੱਲਬਾਤ ਕੀਤੀ ਦਿਲਮੇਗ ਜੀ ਨੇ ਕਿ ਕਾਨੂੰਨ ਸਭ ਲਈ ਬਰਾਬਰ ਹੋਣਾ ਚਾਹੀਦਾ ਤੁਸੀਂ ਤਾਂ ਬਹੁਤ ਨੇੜੇ ਰਹਿੰਦੇ ਹੋ ਕਾਨੂੰਨ ਦੇ ਦੇਖਦੇ ਹੋ ਇਹ ਮਾਮਲੇ 'ਚ ਤੁਸੀਂ ਦੇਖਿਆ ਕਿ ਜਿਵੇਂ ਤੁਸੀਂ ਪਹਿਲਾਂ ਗੱਲ ਕਹੀ ਗਿਆ ਪਹਿਲਾਂ ਤਾਂ ਪਰਚਾ ਦਰਜ ਹੋਣ ਨੂੰ ਬਹੁਤ ਟਾਈਮ ਲੱਗ ਗਿਆ ਫਿਰ ਪਰਚਾ ਦਰਜ ਹੋਣ ਤੋਂ 4 ਮਹੀਨੇ ਇੱਥੇ ਤੱਕ ਪਹੁੰਚਣ ਨੂੰ ਲੱਗੇ ਬਿਲਕੁਲ ਠੀਕ ਹੈ ਮੈਂ ਇਸ ਗੱਲ ਨਾਲ ਐਗਰੀ ਕਰਦਾ ਹਾਂ ਸਦਾ ਦਿਲਮੇਗ ਈ ਬਾਕੀ ਹੀ ਬਹੁਤ ਸਾਰਾ ਪੁਲਿਸ ਅਫਸਰਾਂ ਨੇ ਉਹਨੂੰ ਬਹੁਤ ਲੀਨਿਐਂਸੀ ਨਾਲ ਟ੍ਰੀਟ ਕੀਤਾ ਇਸ ਮੁੱਦੇ ਨੂੰ ਕਿਉਂਕਿ ਜਦੋਂ ਉਹਨਾਂ ਦੇ ਸਾਹਮਣੇ ਆ ਗਿਆ ਸੀ ਜਦੋਂ ਫਸਟਲੀ ਡੀਜੀਪੀ ਸਾਹਿਬ ਦੇ ਧਿਆਨ ਵਿੱਚ ਆ ਗਿਆ ਡੀਜੀਪੀ ਸਾਹਿਬ ਨੇ ਇਮੀਡੀਏਟਲੀ ਕਿਹਾ ਵੀ ਤੁਸੀਂ ਆਈਜੀ ਲੁਧਿਆਣਾ ਰੇਂਜ ਨੂੰ ਮਿਲੋ ਜਦੋਂ ਅਸੀਂ ਆਈਜੀ ਸਾਹਿਬ ਨੂੰ ਮਿਲੇ ਜਦੋਂ ਉਹਨਾਂ ਨੂੰ ਸਾਰੀ ਵੀਡੀਓ ਆਲਰੇਡੀ ਉਹਨਾਂ ਕੋਲ ਵੀਡੀਓ ਪਹੁੰਚ ਚੁੱਕੀ ਸੀ ਜਦੋਂ ਉਹਦੋਂ ਉਹਨਾਂ ਨੇ ਦਰਖਾਸਤ ਦਿੱਤੀ ਇਮੀਡੀਏਟਲੀ ਜੋ ਐਸ ਪਰ ਲਾਅ ਬੰਦਾ ਸੀਗਾ ਇਮੀਡੀਏਟਲੀ ਜਦੋਂ ਉਹਨਾਂ ਦੇ ਸਾਹਮਣੇ ਕੋਈ ਇੱਕ ਜੁਰਮ ਭਵੇਂ ਉਹ ਕਿਸੇ ਮਰਜ਼ੀ ਬੰਦੇ ਨੇ ਕਮਿਟ ਕੀਤਾ ਹੋਵੇ ਜੀ ਜੀ ਉਨਾਂ ਦਾ ਫਰਜ਼ ਬੰਦਾ ਸੀ ਕਿ ਹੀ ਸ਼ੁੱਡ ਹੈਵ ਡਾਇਰੈਕਟਡ ਫॉर ਰਜਿਸਟ੍ਰੇਸ਼ਨ ਆਫ ਐਫ ਆਈ ਆਰ ਹੂੰ ਇਹ ਦਰਜ ਉੱਥੇ ਕਹਿੰਦੇ ਵੀ ਖੰਨੇ ਕਹਿੰਦੇ ਐਸ ਐਸ ਪੀ ਨੂੰ ਵੀ ਭਾਈ ਪਰਚਾ ਦਰਜ ਕਰਕੇ ਇਹਦੀ ਤਬਦੀਦ ਸ਼ੁਰੂ ਕਰੋ ਕਿ ਜਦੋਂ ਤੁਹਾਡੇ ਸਾਹਮਣੇ ਮੇਰੀ ਗੱਲ ਨਹੀਂ ਸਮਝੇ ਗਗਨ ਜੀ ਵਾਂਸ ਜਦੋਂ ਇੱਕ ਵਾਰੀ ਕੋਈ ਮਰਡਰ ਹੋ ਗਿਆ ਉਹਦੀ ਇਨਕੁਆਇਰੀ ਥੋੜੀ ਕਰੂਗੇ ਹੂੰ ਇਨੀਸ਼ੀਅਲੀ ਤਾਂ ਐਫ ਆਈ ਆਰ ਲਾਜ ਹੋਊਗੀ ਨਾ ਐਫ ਆਈ ਆਰ ਤੋਂ ਹੀ ਬੇਸਿਕਲੀ ਇੱਕ ਨੀਂਹ ਹੈ ਉੱਥੋਂ ਸ਼ੁਰੂ ਸ਼ੁਰੂਆਤ ਹੋਣੀ ਹੈ ਉੱਥੋਂ ਐਂਡ ਉਹ ਨੀਂਹ ਪੱਥਰ ਆਪਾਂ ਕਿਸੇ ਘਰ ਦਾ ਰੱਖਾਂਗੇ ਤਾਂ ਉਹ ਘਰ ਦਾ ਨੀਂਹ ਪੱਥਰ ਤਾਂ ਰੱਖੋ ਨ ਉਸ ਤੋਂ ਬਾਅਦ ਜਦੋਂ ਨਹੀਂ ਕੁਝ ਹੋਇਆ ਦੇ 2 ਡੇਢ ਮਹੀਨੇ ਹੀ ਟੱਪ ਗਏ ਫਿਰ 22nd ਆਫ ਮਈ ਨੂੰ 2020 ਨੂੰ ਆਨਰੇਬਲ ਹਾਈ ਕੋਰਟ ਨੇ ਇੱਕ ਆਰਡਰ ਪਾਸ ਕੀਤਾ ਆਨਰੇਬਲ ਜਸਟਿਸ ਨਿਰਮਲਜੀਤ ਕੌਰ ਮੈਮ ਨੇ ਉਹਨਾਂ ਨੇ ਆਰਡਰ ਪਾਸ ਕੀਤਾ ਉਹ ਆਰਡਰ ਦੇ ਵਿੱਚ ਵੀ ਉਹਨਾਂ ਨੇ ਇਹ ਲਿਖਿਆ ਕਿ ਤੁਸੀਂ ਜੇ ਆਰਡਰ ਪੜ੍ਹੋ ਕਿ ਵੀ ਸ਼ੁਡ ਹੈਂਗ ਆਰ ਹੈਡਸ ਇਨ ਸ਼ੇਮ ਕਿ ਸਾਨੂੰ ਸ਼ਰਮ ਨਾਲ ਆਪਣਾ ਸਿਰ ਝੁਕਾਉਣਾ ਚਾਹੀਦਾ ਹੈ ਕਿ ਅਜੇ ਵੀ ਅਸੀਂ ਉਹ ਸੋਸਾਇਟੀ 'ਚ ਰਹਿ ਰਹੇ ਹਾਂ ਅਨਸਿਵਲਾਈਜ਼ਡ ਸੋਸਾਇਟੀ 'ਚ ਉਹ ਜਦੋਂ ਇਹਨੇ ਹਾਰਸ਼ ਵਰਡ ਲਿਖੇ ਉਹਦੇ باوجود ਵੀ ਤੁਸੀਂ ਇਹ ਦੇਖੋ ਕਿ ਸਵਾ ਮਹੀਨਾ 4 ਜੁਲਾਈ 2020 ਨੂੰ ਪਰਚਾ ਦਰਜ ਹੁੰਦਾ ਹੈ ਬ੍ਰਦਰ ਕਿਉਂਕਿ 8 ਜੁਲਾਈ 2020 ਨੂੰ ਡੇਟ ਸੀਗੀ ਔਨਰੇਬਲ ਹਾਈ ਕੋਰਟ ਦੇ ਵਿੱਚ ਮਾਨਯੋਗ ਹਾਈ ਕੋਰਟ ਦੇ ਵਿੱਚ ਇਹਨਾਂ ਨੇ ਜਵਾਬ ਦਾਇਰ ਕਰਨਾ ਸੀਗਾ ਡੀਜੀਪੀ ਸਾਹਿਬ ਨੇ ਜਵਾਬ ਦਿੱਤਾ 7 ਜੁਲਾਈ 2020 ਨੂੰ ਤੇ 4 ਤਰੀਕ ਨੂੰ ਪਰਚਾ ਦਰਜ ਕੀਤਾ 4 ਤਰੀਕ ਨੂੰ ਜਦੋਂ ਪਰਚਾ ਦਰਜ ਹੋ ਗਿਆ ਉਸ ਤੋਂ ਬਾਅਦ 8 ਤਰੀਕ ਨੂੰ ਜਦੋਂ ਜੱਜ ਸਾਹਿਬ ਦੇ ਅੱਗੇ ਉਹਨਾਂ ਨੇ ਰਿਪੋਰਟ ਪੇਸ਼ ਕੀਤੀ ਉਹਨਾਂ ਨੇ ਇਹ ਕਿਹਾ ਸੀ ਕਿ ਵਿਦਨ 2 ਮੰਥਸ ਅਸੀਂ ਸਾਰਾ ਕੁਝ ਕਨਕਲੂਡ ਕਰ ਦਾਂਗੇ ਖਤਮ ਕਰ ਦਾਂਗੇ ਡੀਜੀਪੀ ਸਾਹਿਬ ਦਾ ਐਫੀਡਾਵਿਟ ਮੇਰੇ ਕੋਲ ਹੈਗਾ ਜੇ ਕਹਾਂ ਤਾਂ ਮੈਂ ਕਾਪੀ ਤੁਹਾਨੂੰ ਦਿਖਾ ਵੀ ਦਿੰਦਾ ਉਹਦੇ ਚ ਉਹਨਾਂ ਡੀਜੀਪੀ ਸਾਹਿਬ ਨੇ ਕਹੇ ਸੀ ਕਿ ਵਿਦਨ 2 ਮੰਥਸ ਅਸੀਂ ਇਹਦੀ ਡਿਪਾਰਟਮੈਂਟਲ ਇਨਕੁਆਰੀ ਵੀ ਖਤਮ ਕਰਕੇ ਇਹਨੂੰ ਘਰੇ ਭੇਜ ਦਾਂਗੇ ਤੇ ਪਲੱਸ ਇਹਨੂੰ ਅਸੀਂ ਇਹਦੀ ਇਨਵੈਸਟੀਗੇਸ਼ਨ ਵੀ ਕਨਕਲੂਡ ਕਰ ਦਾਂਗੇ ਤੁਸੀਂ ਇਹ ਦੇਖੋ ਕਿ 2 ਮਹੀਨੇ ਤੱਕ ਇਹ ਜਮਾਨਤਾ ਹੀ ਆਦਾ ਜਮਾਨਤ ਵੀ ਤੁਸੀਂ ਕਿਦੋਂ ਲਾਈ ਜਦੋਂ ਸਾਰੇ ਨੇ ਖਟੜਾ ਸਾਹਿਬ ਹਰਾਂ ਨੇ ਹੋਰ ਸਾਰੇ ਭਰਾਵਾਂ ਨੇ ਜਦੋਂ ਇਹ ਮੂਰੀਜ਼ ਕੀਤਾ ਇਸ਼ੂ ਇਹ ਬੰਦਾ ਤਾਂ ਆਮ ਸ਼ਰੀਅਮ ਤੇ ਫਿਰਦਾ ਜਦੋਂ ਹਾਈਪ ਮਿਲ ਗਈ ਉਸ ਤੋਂ ਬਾਅਦ ਇਹ ਤਾਂ ਸ਼ਰੀਅਮ ਤੇ ਰਹਿ ਫਿਰਦਾ ਇਹਨੇ ਤਾਂ ਬੇਲ ਤੱਕ ਨਹੀਂ ਲਾਈ ਹਮਮ ਠੀਕ ਹੈ ਨਾ ਇਨਸਪੈਕਟਰ ਨੇ ਜਦੋਂ ਉਸ ਤੋਂ ਬਾਅਦ ਇਹਨੇ 2-3 ਦਿਨਾਂ ਬਾਅਦ ਸੈਸ਼ਨ ਕੋਰਟ ਬੇਲ ਲਾਈ ਸੈਸ਼ਨ ਕੋਰਟ ਨੇ ਡਿਕਲਾਈਨ ਕੀਤੀ ਬੇਲ ਇਹਦੀ 4 ਅਗਸਤ 2020 ਨੂੰ ਫਿਰ ਇਹਨੇ ਆਨਰੇਬਲ ਹਾਈ ਕੋਰਟ ਦੇ ਵਿੱਚ ਲਾਈ ऑनरेबल हाई कोर्ट ਨੇ ਇਹਨਾਂ ਦੇ ਐਡਵੋਕੇਟ ਸਾਹਿਬ ਨੇ ਬਹੁਤ ਜ਼ੋਰ ਲਾਇਆ ਕਿ ਜੀ ਨੋਟਿਸ ਕਰਕੇ ਰਿਕਾਰਡ ਮੰਗਾ ਲਿਆ ਜਾਵੇ ਜੱਜ ਸਾਹਿਬ ਕਹਿੰਦੇ ਇਹ ਜੇ ਕੇਸਾਂ ਚ ਰਿਕਾਰਡ ਮੰਗਾਉਣਾ ਨਹੀਂ ਉਹਨਾਂ ਨੇ ਵਿਦਆਊਟ ਈਵਨ ਇਸ਼ੂਇੰਗ ਨੋਟਿਸ ਟੂ ਦੀ ਸਟੇਟ ਉਹਨਾਂ ਨੇ ਵਿਦਆਊਟ ਕੱਚੀ ਬੇਲ ਇਹਦੀ ਡਿਸਮਿਸ ਕਰਤੀ 11 ਅਗਸਤ 2020 ਉਹੀ ਕੰਮ ऑनरेबल ਸੁਪਰੀਮ ਕੋਰਟ ਨੇ ਕੀਤਾ ਇੱਕ ਤਰੀਕ ਨੂੰ ਇਹ ਬੇਲ ਉਹਨਾਂ ਨੇ ਸੁਣੀ ਤੱਕ ਨਹੀਂ ਉਹ ਕਹਿੰਦੇ ਕਿ ਸੱਚ ਪਟੀਸ਼ਨ ਛੋੜਾ ਇਹ ਬਹੁਤ ਬਹੁਤ ਵੈਸੇ ਇਹ ਬਹੁਤ ਨਮੋਸ਼ੀ ਭਰਿਆ ਕੰਮ ਆ ਕਿ ਹਾਈ ਕੋਰਟ ਜਾਣਾ ਪੈਂਦਾ ਪਰਚੇ ਦਰਜ ਕਰਾਉਣ ਲਈ ਉੱਥੋਂ ਦੀ ਆਰਡਰ ਵੀ ਹੋ ਜਾਂਦੇ ਫਿਰ ਵੀ ਪਰਚਿਆਂ ਨੂੰ ਦਰਜ ਨੂੰ ਉਹਨੂੰ ਟਾਈਮ ਲੱਗ ਜਾਂਦਾ ਬ੍ਰਦਰ ਜੇ ਮੈਂ ਦੇਖੋ ਮੈਂ ਜੀ ਲੀਗਲੀ ਜਿੰਨਾ ਮੈਂ ਨੂੰ ਇਸ ਨਾਲ ਦੇਖਿਆ ਜਾਵੇ ਜੇ ਕਿਤੇ ਆਨਰੇਬਲ ਹਾਈ ਕੋਰਟ ਨਾ ਇੱਕ ਐਕਸ਼ਨ ਲੈਂਦਾ ਨਾ ਹੀ ਆਰਡਰਸ ਪਾਸ ਕਰਦਾ ਇਹ ਪਰਚਾ ਨਹੀਂ ਦਰਜ ਹੋਣਾ ਸੀ ਇਟ ਵਾਸ ਨਾਟ ਈਵਨ ਪੋਸੀਬਲ ਫਾਰ ਐਨੀ ਆਫ ਦੀ ਆਪੋਨੈਂਟ ਆਪੋਜੀਸ਼ਨ ਪਾਰਟੀਆਂ ਜਾਂ ਕਿਸੇ ਵਾਸਤੇ ਵੀ ਇਹ ਸੀਗਾ ਇਹ ਤਾਂ ਆਨਰੇਬਲ ਹਾਈ ਕੋਰਟ ਦੇ ਹੀ ਆਰਡਰਸ ਤੋਂ ਬਾਅਦ ਦੇਸ ਆਊਟ ਕਿ ਹੁਣ ਸਾਡੇ ਕੋਲ ਕੋਈ ਵੇ ਆਊਟ ਨਹੀਂ ਹੈਗਾ ਕਿਉਂਕਿ ਥੇਰ ਇਜ਼ ਨਾਥਿੰਗ ਤੁਸੀਂ ਇਹ ਦੇਖੋ ਵੀਰ ਜੀ ਕਿ ਕੋਈ ਗगन ਜੀ ਕੋਈ ਵੀਡੀਓ ਬਣਦੀ ਹੈ ਠੀਕ ਹੈ ਮੈਂ ਇਹ ਹੈਰਾਨ ਹੈ ਕਿ ਆਈਜੀਪੀ ਜਿਹੜੇ ਸੀਗੇ ਪਹਿਲਾਂ ਸਦਜਸਕਰਨ ਸਿੰਘ ਜੀ ਈ ਉਹ ਇੱਕ ਡਿਪਾਰਟਮੈਂਟ ਇਨਕੁਆਇਰੀ ਇਨੀਸ਼ੀਏਟ ਕਰਦੇ ਇਸ ਕੇਸਾਂ ਦੀ ਡਿਪਾਰਟਮੈਂਟ ਇਨਕੁਆਇਰੀ ਬੰਦੀ ਹੈ ਜੀ ਜਦੋਂ ਸਾਹਮਣੇ ਵੀਡੀਓ ਹੈ ਇੱਕ ਪਿਓ ਪੁੱਤ ਨੂੰ ਨੰਗਾ ਕਰ ਲਿਆ ਇੱਕ ਗੁਰਸਿੱਖ ਬੰਦੇ ਨੂੰ ਨੰਗਾ ਕਰ ਲਿਆ ਐਂਡ ਉਹਦੇ ਵਿੱਚ ਉਹਦੀ ਆਵਾਜ਼ ਹੈ ਉਹ ਆਵਾਜ਼ ਨੂੰ ਡਿਸਪਿਊਟ ਨਹੀਂ ਕਰ ਰਿਹਾ ਬੰਦਾ ਉਹ ਕਹਿ ਨਹੀਂ ਰਿਹਾ ਕਿ ਮੇਰੀ ਆਵਾਜ਼ ਨਹੀਂ ਹੈਗੀ ਅੱਛਾ ਫਿਰ ਪਿੱਛੇ ਤੁਸੀਂ ਇਹ ਦੇਖੋਗੇ ਵੀਡੀਓ ਦੇ ਪਿੱਛੇ ਜੇ ਤੁਸੀਂ ਬਲਰਟ ਕਰਕੇ ਦਰਸ਼ਕਾਂ ਨੂੰ ਦਿਖਾਉਂਗੇ ਉਹਦੇ ਪਿੱਛੇ 10 ਸਾਲਾਂ ਦਾ ਕ੍ਰਾਈਮ ਚਾਰਟ ਲੱਗਿਆ ਹੋਇਆ ਥਾਣੇ ਦਾ ਔਰ ਆਪਣਾ ਕੀ ਕਹਿੰਦੇ ਇੱਕ ਵਿਚਾਰੇ ਸ਼ੀਸ਼ਾ ਲੱਗਿਆ ਹੋਇਆ ਹੈ ਇੱਕ ਪਾਸੇ ਪੁਲਿਸ ਸਟੇਸ਼ਨ ਦਾ ਜੂਰਿਸਡਿਕਸ਼ਨ ਮੈਪ ਲੱਗਿਆ ਹੋਇਆ ਹੈ ਕਿ ਜੂਰਿਸਡਿਕਸ਼ਨ ਤੇ ਇੱਕ ਥਾਣੇ ਦੀ ਪਲਾਸੇ ਪਾਸੇ ਗਾਰਡਰੇਬ ਦੀ ਅਲਮਾਰੀ ਪਈ ਹੈ ਜਿਹੜੀ ਕਿ ਅੱਜ ਹੈ ਨਹੀਂ ਮੈਂ ਹੈਰਾਨ ਹੈ ਕਿ ਉਸ ਤੋਂ ਬਾਅਦ ਜਦੋਂ ਵੀਡੀਓ ਵਾਇਰਲ ਹੋਈ ਹੈ ਸੀਨ ਜਦੋਂ ਰੀਕਨਸਟਰक्ट ਕੀਤਾ ਉਹ ਹੈ ਨਹੀਂ ਹੈ ਨਹੀਂ ਨਾ ਕਿੱਥੇ ਗਿਆ ਮੈਂ ਤਾਂ ਇਹੀ ਤਾਂ ਕੁਐਸਚਨ ਹੈ ਕਿ ਮਤਲਬ ਇੰਨੀ ਪੁਲਿਸ ਹੈਲਪ ਕਰ ਰਹੀ ਹੈ ਕਿ ਭਾਈ ਤੂੰ ਆਦਾ ਲੈ ਜਾ ਚੱਕ ਕੇ ਸਾਰਾ ਡਿਸਟਰੋਏ ਕਰ ਦੇ ਇਹ ਇਹ ਬਿਲਕੁਲ ਇਹ ਇਹ ਬਹੁਤ ਵੱਡੇ ਸਵਾਲ ਨੇ ਜਿਹੜੇ ਪੂਰੇ ਸਿਸਟਮ ਦੇ ਉੱਤੇ ਖੜੇ ਹੁੰਦੇ ਨੇ ਮੈਂ ਤਾਂ ਲੱਗਦਾ ਕਿ ਸ਼ਾਇਦ ਸਿਸਟਮ ਵਰਡ ਵੀ ਹੁਣ ਕਹਿਣਾ ਨਹੀਂ ਚਾਹੀਦਾ ਕਿਉਂਕਿ ਇੰਨਾ ਧੱਗਾ ਔਰ ਇੰਨਾ ਸਮਾਂ ਜੇ ਕਿਸੇ ਨੂੰ ਮਿਲ ਜਾਣਾ ਸੋ ਬਿਲਕੁਲ ਸਾਫ਼ ਤੌਰ ਤੇ ਹੈ ਕਿ ਜਿਹੜਾ ਆਪਣਾ ਐਵੀਡੈਂਸ ਨੇ ਜਿਹੜਾ ਉਹਨਾਂ ਨਾਲ ਛੇੜਛਾੜ ਵੱਡੇ ਪੱਧਰ ਤੇ ਹੋਈ ਹੋਊ ਦੂਸਰੀ ਗੱਲ ਮੈਂ ਬੇਨਤੀ ਕਰਾਂਗਾ ਕਿ ਸਦਾਤਨ ਮੇਕ ਸਿੰਘ ਖਟੜਾ ਜਿਹੜੇ ਸਾਬਕਾ ਸਕੱਤਰ ਹੈ ਐਸਟੀਪੀ ਅਗਨੇ ਯਸ਼ਨੌਰ ਚ ਬਹੁਤ ਲੰਮਾ ਸਮਾਂ ਹੁਣ ਵੀ ਜੁੜੇ ਹੋਏ ਐ ਇਹਨਾਂ ਨੇ ਹੁਣ ਵੀ ਪ੍ਰਧਾਨ ਸਾਹਿਬ ਦੇ ਨੋਟਿਸ ਲੈਂਦਾ ਮੈਂ ਅੱਜ ਤੁਹਾਡੇ ਇੱਥੇ ਕਹਿਣਾ ਚਾਹੂੰਗਾ ਇਹਨਾਂ ਨੂੰ ਬੇਨਤੀ ਕਰਨਾ ਚਾਹੂੰਗਾ ਕਿਉਂਕਿ ਮੈਨੂੰ ਨਹੀਂ ਲੱਗਦਾ ਕਿ ਪੁਲਿਸ ਕਕਾਰ ਜਿਹੜੇ ਹੈਗੇ ਆ ਰਿਕਵਰ ਕਰਾ ਪਾਊਗੀ ਮੈਂ ਅੱਜ ਕਲੀਅਰਲੀ ਕਹਿੰਦਾ ਮੈਂ ਬੇਨਤੀ ਕਰੂੰਗਾ ਈ ਖੜੜਾ ਸਾਹਿਬ ਨੂੰ ਕਿ ਇਹ ਪ੍ਰਧਾਨ ਸਾਹਿਬ ਦੇ ਤੇ ਜਥੇਦਾਰ ਸਾਹਿਬ ਨੂੰ ਇਮੀਡੀਏਟਲੀ ਕੋਈ ਪੱਤਰ ਲਿਖ ਕੇ ਤੇ ਉਹਨਾਂ ਦੇ ਧਿਆਨ ਵਿੱਚ ਲਿਆਉਣ ਕਿ ਭਾਈ ਇਹਦੇ ਵਿੱਚ ਆਪਾਂ ਨੂੰ ਕਕਾਰਾਂ ਦੇ ਪਿੱਛੇ ਆਪਾਂ ਨੂੰ ਲੜਨਾ ਪੈਣਾ ਕਿਉਂਕਿ ਉਹ ਗੁਰੂ ਸਾਹਿਬ ਦੇ ਕਕਾਰ ਦਿੱਤੇ ਸੀ ਉਹ ਜਪਾਲ ਸਿੰਘ ਦੇ ਨਹੀਂ ਸੀ ਇਹ ਦੇਖੋ ਇਹ ਪੰਜਾਬ ਹੈ ਗੁਰੂਆਂ ਦੀ ਧਰਤੀ ਅਸੀਂ ਪੰਜਾਬ ਦੇ ਵਿੱਚ ਰਹਿ ਰਹੇ ਹਾਂ ਕੋਈ ਸ਼੍ਰੀ ਅਨੰਦਪੁਰ ਸਾਹਿਬ ਤੋਂ ਲਿੱਤੇ ਸੀਗੇ ਬਿਲਕੁਲ ਹੈ ਦਰਸ਼ਕਾਂ ਨੂੰ ਦੱਸ ਤੀਏ ਕੋਈ ਯੂਪੀ ਵਿਹਾਰ ਦਾ ਅਮਰਤ ਸ਼ਕਾਉਂਗਾ ਯੂਪੀ ਯੂਪੀ ਵਿਹਾਰ ਦਾ ਮਾਮਲਾ ਨਹੀਂ ਹੈ ਪੰਜਾਬ ਦਾ ਮਾਮਲਾ ਹੈ ਔਰ ਦੇਖੋ ਤੁਸੀਂ ਕਕਾਰ ਲੈਣ ਲਈ ਇੰਨੀ ਇੰਨੀ ਲੰਬੇ ਵੀ ਇੱਕ ਅਲੱਗ ਜद्दोजਹਿਦ ਕਰਨੀ ਪਈ ਰੇ ਦਲਮੀਖ ਜੀ ਇਹਦੇ ਉੱਤੇ ਕੀ ਕਮੈਂਟ ਕਰਦੇ ਹੋ ਦੇਖੋ ਕਿੰਨੀ ਇਹ ਨਮੋਸ਼ੀ ਭਰੀ ਗੱਲ ਆ ਪੰਜਾਬ ਆ ਇਹ ਤੁਸੀਂ ਦੇਖੋ ਕਿ ਇੱਥੇ ਕਕਾਰਾਂ ਦੀ ਇਸ ਤਰ੍ਹਾਂ ਬੇਦਬੀ ਹੋਈ ਆ ਉਹ ਕਕਾਰ ਨਹੀਂ ਅਜੇ ਤੱਕ ਰਿਕਵਰ ਹੋਏ ਦੇਖੋ ਜੋ ਮੈਂ ਕੱਲ ਜਾਣਿਆ ਇਸ ਗੱਲ ਨੂੰ ਕਿ ਜਗਪਾਲ ਸਿੰਘ ਨੇ ਜਦੋਂ ਅਮਰਸ਼ ਛਕਿਆ ਆਨੰਦਪੁਰ ਸਾਹਿਬ ਤੋਂ ਛਕਿਆ ਹੂੰ ਹੂੰ ਅਮੰਦਪੁਰ ਸਾਹਿਬ ਜਦੋਂ ਅੰਮ੍ਰਿਤਸਰ ਆਏ ਉਹਨੇ ਉੱਥੇ ਹੀ ਉਹ ਕਾਕਰ ਜਿਹੜੇ ਨੇ ਸਾਡੀ ਰਹਿਤ ਮਰਿਆਦਾ ਅਨੁਸਾਰ ਪਹਿਨੇ ਨੇ ਉੱਥੋਂ ਹੀ ਹਾਸਲ ਕੀਤੇ ਨੇ ਤੇ ਦੂਜੀ ਗੱਲ ਇਹ ਆ ਕਿ ਦੇਖੋ ਬੜੀ ਸਾਫ਼ ਗੱਲ ਆ ਜੇ ਉਹ ਅੰਮ੍ਰਿਤਧਾਰੀ ਸੀਗਾ ਤੇ ਅੰਮ੍ਰਿਤਧਾਰੀ ਬੰਦੇ ਦੇ ਤੁਸੀਂ ਕੱਪੜਿਆਂ 'ਚੋਂ ਨੰਗਾ ਖੜਾ ਤੇ ਇਹ ਤਾਂ ਹੈ ਨਹੀਂ ਵੀ ਕੱਪੜੇ ਉਹਨੇ ਆਪ ਹੀ ਲਾਤੇ ਤੁਸੀਂ ਲਹਾਇ ਲਾਏ ਪਾੜੇ ਸਿੱਟੇ ਕੁਝ ਕੀਤਾ ਉਹਦੇ ਕਾਕਰ ਲਾਏ ਜੇ ਉਹਦੇ ਕਕਾਰ ਤੁਸੀਂ ਲਾਏ ਤਾਂ ਤੁਹਾਡੇ ਤੇ 295 ਲੱਗੀ ਹੂੰ ਤੇ 295 ਤਾਂ ਹੀ ਲੱਗੀ ਹੈ ਜੇ ਤੁਸੀਂ ਧਰਮ ਦੀ ਬੇਹਰਮਤੀ ਕੀਤੀ ਹੈ ਹੂੰ ਤੇ ਹੁਣ ਤੁਸੀਂ ਕਕਾਰ ਉਹਦੇ ਨਹੀਂ ਦਿੰਦੇ ਜੇ ਤੁਸੀਂ ਕਕਾਰ ਉਹਦੇ ਜਾਂ ਲਾਏ ਤਾਂ ਤੁਸੀਂ ਜਾਤਾ ਫਿਰ ਜਿੱਦੋਂ ਉਹਨੂੰ ਜੇਲ੍ਹ ਛੱਡ ਕੇ ਆਏ ਉਦੋਂ ਜਮ੍ਹਾਂ ਕਰਾ ਦਿੰਦੇ ਹੂੰ ਜਾ ਹੁਣ ਉਹ ਕਿੱਥੇ ਗਏ ਅੱਛਾ ਇਹ ਇਹਦੇ ਬਾਰੇ ਤੁਸੀਂ ਜਦੋਂ ਗੱਲ ਕੀਤੀ ਇਹਦੇ ਬਾਰੇ ਵੀ ਕੋਈ ਜ਼ਿਕਰ ਹੁੰਦਾ ਵਾ ਗਗਨ ਜੀ ਇਹਦੇ ਬਾਰੇ ਕੱਲ ਜਦੋਂ ਅਸੀਂ ਕਿਹਾ ਕਿ ਜੱਤ ਸਾਹਿਬ ਨੂੰ ਕਕਾਰਾਂ ਦੀ ਗੱਲ ਕੀਤੀ ਫਿਰ ਰਿਮਾਂਡ ਬਾਰੇ ਕਕਾਰਾਂ ਬਾਰੇ ਗੱਲ ਕੀਤੀ ਕਿ ਜੀ ਕਕਾਰ ਸਾਡੇ ਰਿਕਵਰ ਕਰਾਏ ਜਾਣ ਜਗਪਾਲ ਸਿੰਘ ਨੇ ਵੀ ਕੱਲ ਮੀਡੀਆ ਨੂੰ ਉੱਥੇ ਕੋਰਟ ਦੇ ਵਿੱਚ ਕਿਹਾ ਕਿ ਮੇਰੇ ਕਕਾਰ ਕ ਰਿਕਵਰ ਕਰਾਏ ਉਹਨੇ ਇੱਥੋਂ ਤੱਕ ਵੀ ਕਹਿਤਾ ਕਿ ਬਲਜਿੰਦਰ ਸਿੰਘ ਜਿਹੜੀ ਜ਼ਮੀਨ ਦਾ ਤੂੰ ਕਬਜ਼ਾ ਕਰਨਾ ਆਇਆ ਮੈਂ ਤੇਰੇ ਨਾਮ ਰਜਿਸਟਰੀ ਕਰਾ ਦੇਣਾ ਉਹ ਜ਼ਮੀਨ ਦੀ ਤੂੰ ਮੇਰੇ ਕਕਾਰ ਮੋੜ ਦੇ ਪੂਸ਼ਨਾ ਮੋੜ ਮੇਨ ਹੂੰ ਉਨੇ ਇੱਥੋਂ ਤੱਕ ਵੀ ਇਹ ਗੱਲ ਕਹੇ ਜੋਗੀ ਹੋਰਾਂ ਨੇ ਕਹੀ ਹੋਰ ਜਗਪਾਲ ਸਿੰਘ ਨੇ ਕਹੀ ਜਗਪਾਲ ਸਿੰਘ ਜੀ ਨੇ ਇਹ ਗੱਲ ਕਹੀ ਕਿ ਮੈਂ ਤੇਰੇ ਮੈਨੂੰ ਲੋਡ ਨਹੀਂ ਹੈਗੀ ਕਿਸੇ ਚੀਜ਼ ਦੀ ਤੂੰ ਮੇਰੇ ਕਕਾਰ ਮੋੜ ਦੇ ਗੁਰੂ ਦੇ ਤੇ ਮੇਰੇ ਤੋਂ ਜਿਹੜੀ ਜ਼ਮੀਨ ਪਿੱਛੇ ਤੂੰ ਕਬਜ਼ਾ ਲੈਣ ਆਇਆ ਮੈਂ ਉਹ ਵੀ ਤੈਨੂੰ ਦੇਣ ਨੂੰ ਤਿਆਰ ਹਾਂ ਜਿਵੇਂ ਘਰ ਦੀ ਰਜਿਸਟਰੀ ਕਰਾਉਣੀ ਮੈਂ ਉਹ ਵੀ ਕਰਾਉਣ ਨੂੰ ਤਿਆਰ ਹਾਂ ਉਹ ਕਹਿੰਦਾ ਮੈਨੂੰ ਮੈਨੂੰ ਕੁਝ ਨਹੀਂ ਚਾਹੀਦਾ ਮੇਰੇ ਗੁਰੂ ਦੇ ਮੇਰੇ ਕਕਾਰ ਮੋੜ ਦੋ ਤੇ ਜਦੋਂ ਇਹ ਗੱਲ ਗੱਲ ਅਸੀਂ ਜੱਟ ਸਾਹਿਬ ਨੂੰ ਜਦੋਂ ਉਹਨੂੰ ਪੇਸ਼ ਕੀਤਾ ਉੱਥੇ ਰਿਮਾਂਡ ਵਾਸਤੇ ਉਹਦੇ ਜੱਟ ਸਾਹਿਬ ਦੇ ਅੱਗੇ ਰੱਖ ਕੇ ਉਹਦੇ ਵਕੀਲ ਸਾ ਉਹਨਾਂ ਨੇ ਕਿਹਾ ਵੀ ਜੀ ਸਾਡੇ ਕੋਲ ਤਾਂ ਕਕਾਰ ਹੈ ਨਹੀਂ ਸਾਨੂੰ ਨਹੀਂ ਪਤਾ ਕਿੱਥੇ ਅਸੀਂ ਸਿੱਟ ਤੇ ਉਹ ਕੀ ਕਰਤਾ ਤੇ ਤੁਹਾਨੂੰ ਵੈਡਿੰਗ ਸੀ ਉਹਨਾਂ ਦੀ ਇਹੀ ਵੈਡਿੰਗ ਸੀ ਐਗਜ਼ੈਕਟ ਇਨਵਰਟਡ ਕਾਮਾਸ ਬਿਲਕੁਲ ਇਨਵਰਟਡ ਕਾਮਾਸ ਮੀਨਸ ਇਨਵਰਟਡ ਕਾਮਾਸ ਮੀਨਸ ਇਨਵਰਟਡ ਕਾਮਾਸ ਉਹ ਕਹਿੰਦੇ ਜੀ ਕਿ ਸਾਡੇ ਕੋਲ ਕਕਾਰ ਹੈ ਨਹੀਂ ਜੀ ਵਾਅਦ ਤੋਂ ਆਦੇ ਇਹ ਹੈ ਕਿ ਇਹ 201 ਦਾ ਵਾਅਦਾ ਕਰ ਰਹੇ ਨੇ ਕਿ ਅਸੀਂ ਕਕਾਰ ਖੁਰਦਬੁਰਦ ਕਰਦੇ ਕਿ ਅਸੀਂ ਕਿਤੇ ਇਕਵਾ ਤੇ ਜਾਂ ਕਿਸੇ ਸਿੱਟ ਤੇ ਜਾਂ ਕੁਝ ਵੀ ਕਰਦੇ 201 ਮੀਨਸ ਖੁਰਦਬੁਰਦ ਕਰਨਾ ਡਿਸਟਰਕਸ਼ਨ ਆਫ ਐਵਿਡੈਂਸ ਕਿ ਟੈਸ਼ ਨੈਸ਼ ਕਰਤਾ ਐਵਿਡੈਂਸ ਦਾ ਤੇ ਉਹ ਕਹਿੰਦਾ ਜੀ ਸਾਡੇ ਕੋਲ ਕਾਕਾਰ ਹੈ ਨਹੀਂ ਨਾ ਅਸੀਂ ਕਾਕਾਰ ਰਿਕਵਰ ਕਰਾ ਸਕਦੇ ਐ ਨਾ ਸਾਡੇ ਕੋਲ ਹੈਗੇ ਆ ਇਹਦੇ ਕਾਕਾਰ ਤੇ ਵੱਧ ਤੋਂ ਵੱਧ ਕੀ ਹੈ ਕਿ 251 ਦਾ ਵਾਅਦਾ ਕਰ ਲਓ ਕੋਈ ਚੱਕਰ ਨਹੀਂ ਸਾਨੂੰ ਕੋਈ ਗੱਲ ਨਹੀਂ ਜਿੱਥੇ ਇੰਨੇ ਹੈਗੇ ਸੈਕਸ਼ਨ ਹੋਰ ਸੈਕਸ਼ਨ ਲਾ ਲਓ ਕੋਈ ਚੱਕਰ ਨਹੀਂ ਦੂਸਰੀ ਗੱਲ ਜਿਹੜਾ ਮੋਬਾਈਲ ਫੋਨ ਬਾਰੇ ਗੱਲ ਹੋਈ ਉੱਥੇ ਜੱਜ ਸਾਹਿਬ ਨੂੰ ਕੱਲ ਕਿਹਾ ਕਿ ਮੋਬਾਈਲ ਫੋਨ ਰਿਕਵਰ ਕਰਾਓ ਜਿਹਦੇ ਨਾਲ ਵੀਡੀਓ ਬਣਾਈ ਸੀ ਕਿਉਂਕਿ ਇਹਨੇ ਕੁਰਸੀ ਤੇ ਬੈਠਾ ਸੀ ਜਿਹੜਾ ਅਸੀਂ ਰੀਕਨਸਟਰਕਟ ਕੀਤਾ ਜਪਾਲ ਸਿੰਘ ਨੇ ਉੱਥੇ ਥਾਣੇ ਦੇ ਵਿੱਚ ਸੀ ਕੁਰਸੀ ਤੇ ਬੈਠਾ ਸੀ ਵੀਡੀਓ ਬਣਾਉਣ ਲਈ ਕੁਰਸੀ ਤੋਂ ਖੜਾ ਹੋ ਕੇ ਵੀਡੀਓ ਆਵਦੀ ਜਿਹੜੀ ਸਰਕਾਰੀ ਐ ਐਸਚੂ ਦੀ ਕੁਰਸੀ ਸੀ ਉਹ ਤੋਂ ਖੜਾ ਹੋ ਕੇ ਨਹੀਂ ਵੀਡੀਓ ਬਣਾਈ ਉਸ ਟਾਈਮ ਉਸ ਤੇ ਮੌਕੇ ਤੇ ਰਾਜਵੀਰ ਸਿੰਘ ਰੂਬਲ ਜਿਹੜਾ ਦਰਾਹ ਮਿਨਿਸਪਲ ਕਮੇਟੀ ਦਾ ਪ੍ਰਧਾਨ ਸੀ ਉਹ ਬੈਠੇ ਸੀਗੇ ਉਹ ਵੀ ਦੱਸਿਆ ਚਕਪਾਲ ਸਿੰਘ ਨੇ ਕਿ ਫਰਾਨੀ ਕੁਰਸੀ ਤੇ ਬੈਠਾ ਸੀ ਭਗਵੰਤ ਸਿੰਘ ਬੈਠਾ ਸੀ ਇੱਕ ਮਨਵੀਰ ਸਿੰਘ ਰੋਡੂ ਬੈਠਾ ਸੀ ਉਹ ਤਿੰਨੇ ਜਾਨੇ ਸਾਹਮਣੇ ਕੁਰਸੀ ਤੇ ਬੈਠੇ ਸੀ ਉਹਨਾਂ ਦੇ ਸਾਹਮਣੇ ਜਿਹੜਾ ਖੱਟਾ ਸਾਹਿਬ ਨੇ ਦੱਸਿਆ ਕਿ ਉਹਨਾਂ ਦੇ ਸਾਹਮਣੇ ਨਗਨ ਕਰਕੇ ਉਹਨਾਂ ਨੂੰ ਦਿਖਾਇਆ ਕਿ ਆਹ ਦੇਖ ਲਓ ਤੁਹਾਡੇ ਨਾਲ ਪੰਗਾ ਲੈਂਦਾ ਆਹ ਕਰਤਾ ਸੀ ਆਹ ਖੜਾ ਇਦੀ ਕੀ ਇੱਜ਼ਤ ਆ ਦੇਖੋ ਅਸੀਂ ਹੁਣ ਲੈ ਕਹਿੰਦਾ ਕੁਝ ਆ ਲੈ ਮੈਂ ਵੀਡੀਓ ਵੀ ਬਣਾਤੀ ਇਹਦੀ ਹੋਰ ਦੱਸੋ ਕੀ ਕਰਾਉਣਾ ਤੁਸੀਂ ਹੂੰ ਕੋਸ਼ੋਂ ਕਹਿੰਦਾ ਹੂੰ ਪੂਰੀਆਂ ਗੱਲਾਂ ਕਰਕੇ ਉਸ ਤੋਂ ਬਾਅਦ ਉਹਨਾਂ ਨੂੰ ਬਾਕੀ ਚ ਉਹਨੂੰ ਮੈਂ ਤਿੰਨ ਗੱਲਾਂ ਉਹ ਸੁਣਾਈ ਦਿੱਤੀਆਂ ਕਿ ਸਾਰੀ ਰਾਤ ਨੰਗੇ ਰੱਖਣੇ ਆ ਹੂੰ ਨਿਕਰ ਪਾਉਣੀਆਂ ਸਵੇਰੇ ਤੇ ਦੋ ਬੰਦੇ ਲਾ ਦੋ ਸਾਰੀ ਰਾਤ ਇਹਨਾਂ ਦੇ ਪੱਟੇ ਮਾਰ ਹੂੰ ਹੂੰ ਸੋ ਬਿਲਕੁਲ ਬਹੁਤ ਜ਼ਿਆਦਾ ੱਤਕਾ ਹੋਇਆ ਇਸ ਮਾਮਲੇ ਦੇ ਵਿੱਚ ਇਹ ਬਿਲਕੁਲ ਜਾਗਜ਼ਾਹਰ ਗੱਲ ਹੈ ਔਰ ਵੀਡੀਓ ਜਦੋਂ ਤੁਸੀਂ ਦੇਖਦੇ ਹੋ ਤਾਂ ਤੁਹਾਡਾ ਦਿਲ ਹੈ ਜਿਹੜਾ ਖੌਫ ਨਾਲ ਭਰ ਜਾਂਦਾ ਔਰ ਤੁਸੀਂ ਆਪਣੇ ਆਪ ਤੇ ਸ਼ਰਮ ਮਹਿਸੂਸ ਕਰਦੇ ਹੋ ਕਿ ਅਸੀਂ ਇਸ ਸੁਸਾਇਟੀ ਦਾ ਹਿੱਸਾ ਆ ਦਲਮੀਗ ਜੀ ਐਸਜੀਪੀਸੀ ਦਾ ਕਿਦਾਂ ਦਾ ਤੁਸੀਂ ਰੋਲ ਦੇਖਦੇ ਹੋ ਇਸ ਮਾਮਲੇ ਦੇ ਵਿੱਚ ਅਕਾਲ ਤਖਤ ਤੱਕ ਵੀ ਕੋਈ ਪਹੁੰਚ ਕੀਤੀ ਜਾ ਰਹੀ ਹੈ ਕਿਉਂਕਿ ਇੱਕਕਾਰਾਂ ਦੀ ਵੀ ਗੱਲ ਆ ਰਹੀ ਹੈ ਧਾਰਮਿਕ ਭਾਵਨਾਵਾਂ ਨੂੰ ਵੀ ਠੇਸ ਪਹੁੰਚੀ ਹੈ ਮੈਨੂੰ ਲੱਗਦਾ ਕਿ ਜੇ ਐਸਜੀਪੀਸੀ ਔਰ ਅਕਾਲ ਤਖਤ ਦੇ ਵੱਲੋਂ ਕੋਈ ਉਪਰਾਲਾ ਕੀਤਾ ਜਾਵੇ ਤਾਂ ਹੋਰ ਪ੍ਰੈਸ਼ਰ ਬੈਲਟ ਹੋ ਸਕਦਾ ਅਕਾਲ ਤਖਤ ਸਾਹਿਬ ਤਾਂ ਸ਼ਾਇਦ ਇਹ ਗਏ ਨੇ ਆਪ ਪਰ ਮੈਂ ਮਾਨ ਜੋ ਪ੍ਰਧਾਨ ਸਾਹਿਬ ਨਾਲ ਗੱਲ ਕੀਤੀ ਸੀ ਤੇ ਉਹਨਾਂ ਨੇ ਸੈਕਟਰੀ ਸਾਹਿਬ ਦੀ ਡਿਊਟੀ ਲਈ ਕਿ ਤੁਸੀਂ ਇਹਨਾਂ ਲਈ ਜੇ ਕੋਈ ਲੋੜ ਪੈਂਦੀ ਹੈ ਕਿਤੇ ਵੀ ਖਰਚਾ ਕਰਨ ਦੀ ਲੀਗਲ ਉਹਨਾਂ ਨੂੰ ਵਕੀਲ ਦੇਣ ਦੀ ਤਾਂ ਉਹਨਾਂ ਨੇ ਅਲਾਉ ਕੀਤਾ ਠੀਕ ਹੈ ਜੀ ਤੇ ਉਹ ਕਿਹਾ ਕਿ ਅਸੀਂ ਹਰ ਸੰਭਵ ਹਰ ਕੇਸ ਇਹਨਾਂ ਦਾ ਲੜਾਂਗੇ ਠੀਕ ਹੈ ਨਹੀਂ ਉਹ ਮੈਂ ਸਮਝਦਾ ਕਿ ਉਹਨਾਂ ਲਈ ਉਹਨਾਂ ਨੇ ਆਪਣੇ ਫਰਜ਼ ਨੂੰ ਨਿਭਾਇਆ ਪਰ ਜਿਹੜੀ ਕਕਾਰਾਂ ਦੀ ਮਿਸਿੰਗ ਵਾਲੀ ਗੱਲ ਹੈ ਮੈਂ ਆਉਣ ਦੀ ਹੋਲੀ ਉਹਨਾਂ ਨੂੰ ਜ਼ਹਿਦਾਰ ਸਾਹਿਬ ਨੂੰ ਵੀ ਲਿਖਾਂਗਾ ਬੇਨਤੀ ਕਰਾਂਗਾ ਉਹਨਾਂ ਨੂੰ ਤੇ ਪ੍ਰਧਾਨ ਸਾਹਿਬ ਨੂੰ ਵੀ ਕਰਾਂਗਾ ਪਰ ਮੈਂ ਨਾਲ ਦੀ ਨਾਲ ਇਹ ਜ਼ਰੂਰ ਕਹਾਂਗਾ ਸਾਡੇ ਸਮਾਜ ਨੂੰ ਤੇ ਸਾਡੇ ਅਫਸਰਾਂ ਨੂੰ ਕਿ ਅਸੀਂ ਪੰਜਾਬ ਨੇ ਬਹੁਤ ਸੰਤਾਪ ਭੋਗਿਆ ਤੇ ਇਹ ਧਾਰਮਿਕ ਇਸ਼ੂ ਬੜੀ ਛੇਤੀ ਫਲੇਅਰ ਅਪ ਹੁੰਦੇ ਆ ਕਿਸੇ ਵੀ ਤਰ੍ਹਾਂ ਜੇ ਇਹ ਇਸ਼ੂ ਫਲੇਅਰ ਅਪ ਹੁੰਦਾ ਜਿੱਥੇ ਤੱਕ ਇੰਨਾ ਕਿ ਹੋ ਗਿਆ ਉਸ ਤੋਂ ਅੱਗੇ ਹੁੰਦਾ ਕਿਸੇ ਤਰ੍ਹਾਂ ਉਹਦੇ ਲਈ ਸਾਨੂੰ ਨਹੀਂ ਕਰਨਾ ਚਾਹੀਦਾ ਇਹ ਤੋਂ ਪਹਿਲਾਂ ਕਿ ਕੋਈ ਇਹੋ ਜਿਹੀ ਘਟਨਾ ਕੋਈ ਇਹੋ ਜਿਹੀ ਇਹ ਗੱਲ ਹੋਵੇ ਤੇ ਇਹਨੂੰ ਇਸ ਤਰ੍ਹਾਂ ਦੀ ਤਾਂ ਇਹਦੇ ਲਈ ਕਾਨੂੰਨ ਨੂੰ ਆਪਣਾ ਸਖਤ ਅਖਤਿਆਰ ਕਰਕੇ ਉਹਦੇ ਧਰਮ ਦੀ ਆਸਥਾ ਜਿਹੜੀ ਹੈ ਉਹਨੂੰ ਪੂਰੀ ਕਰਨਾ ਚਾਹੀਦਾ ਸਹੀ ਗੱਲ ਠੀਕ ਹੈ ਹੂੰ ਤੇ ਮੈਂ ਉਸ ਤੋਂ ਅੱਗੇ ਜਾ ਕੇ ਇਹ ਗੱਲ ਸਾਡੇ ਸਮਾਜ ਨੂੰ ਫੇਰ ਕਹਿਣਾ ਕਿ ਜਿੰਨਾ ਚਿਰ ਇਸ ਸਿਸਟਮ ਚ ਕਾਨੂੰਨ ਦੀ ਬਜਾਏ ਬੰਦਿਆਂ ਦੇ ਕਹਿਤੇ ਥਾਣੇਦਾਰ ਤੁਰਨਗੇ ਕਿ ਕਿਸੇ ਨੇ ਕਹਿਤਾ ਤੇ ਕਿਸੇ ਨੂੰ ਫੜ ਲਿਆਂਦਾ ਜਾਂ ਕਿਸੇ ਤੋਂ ਚਿੱਠੀ ਲੈ ਲਈ ਫਲਾਣੇ ਨੂੰ ਫੜ ਲਿਆਂਦਾ ਤੇ ਉਹ ਬਾਈ ਦਾ ਬੁੱਕ ਜਦੋਂ ਤੱਕ ਕੰਮ ਨਹੀਂ ਕਰਦੇ ਉਹਨਾਂ ਚਿਰ ਤੁਸੀਂ ਇਸ ਤਰ੍ਹਾਂ ਦਾ ਸਾਨੂੰ ਭੁਗਤਦੇ ਰਹੋਗੇ ਭੁਗਤਦੇ ਰਹੋਗੇ ਠੀਕ ਹੈ ਜੀ ਜੀ ਇਹ ਕਰਨਾ ਕੰਪਲੀਟ ਇਹ ਠਨਦਾਰ ਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਆ ਕਿ ਅੱਜ ਤੂੰ ਐ ਕੱਲ ਨੂੰ ਕੋਈ ਹੋਰ ਆਏਗੀ ਸਰਕਾਰ ਉਹ ਤੇਰੇ ਨਾਲ ਵੀ ਕਾਨੂੰਨ ਤੋਂ ਬਿਨਾਂ ਫਿਰ ਇਹੀ ਕੁਝ ਹੋਏਗਾ ਹੂੰ ਤੂੰ ਕਾਨੂੰਨ ਚ ਰਹਿ ਕੇ ਕਰੇਗਾ ਤਾਂ ਠੀਕ ਹੋਏਗਾ ਪਰ ਅੱਜ ਉਹਨੂੰ ਲੱਗਦਾ ਹੈ ਕਿ ਮੈਂ ਪੈਸੇ ਨਾਲ ਜਿਹੜਾ ਇੱਕ ਸਾਡੇ 'ਚ ਪ੍ਰਭਾਵ ਬਣ ਗਿਆ ਕਿ ਬੰਦਾ ਪੈਸੇ ਨਾਲ ਛੁੱਟ ਜਾਂਦਾ ਜਾਂ ਸਾਡੇ ਸਿਸਟਮ ਦੀ ਇਹ ਕਮਜ਼ੋਰੀ ਬਣ ਗਈ ਆ ਕਿ ਉਹ ਸ਼ਿਪਾਰਸ਼ ਨਾਲ ਛੁੱਟ ਜਾਂਦਾ ਮੈਨੂੰ ਲੱਗਦਾ ਸਮੁੱਚੇ ਲਈ ਸਮੁੱਚੇ ਤੌਰ ਤੇ ਸਾਡੇ ਸਾਰਿਆਂ ਲਈ ਇਹ ਪਵਿੱਖ ਜਿਹੜਾ 'ਚ ਇਸ ਤਰ੍ਹਾਂ ਦੀ ਧਾਰਨਾ ਬਣਨਾ ਇੱਕ ਐਗਜ਼ੈਂਪਲ ਸੈੱਟ ਹੋ ਜਵੇ ਜੇ ਕਿ ਹਾਂ ਜੇ ਗਲਤ ਕੀਤਾ ਸੀ ਤਾਂ ਉਹਨੂੰ ਕਾਨੂੰਨ ਨੇ ਇਹ ਸਜ਼ਾ ਦਿੱਤੀ ਹੈ ਨਹੀਂ ਤਾਂ ਸਿੱਟੇ ਮਿਲਦਾ ਕਿ ਬਹੁਤ ਸਾਰੇ ਲਈ ਸਾਰੇ ਲਈ ਚੰਗਾ ਹੋਏਗਾ ਕਿ ਇਸ ਕੇਸ ਨਾਲ ਇੱਕ ਐਗਜ਼ੈਂਪਲ ਸੈੱਟ ਹੋਣੀ ਚਾਹੀਦੀ ਹੈ ਸੋ ਬਿਲਕੁਲ ਮਿਸਾਲੀ ਕਾਰਵਾਈ ਹੋਣੀ ਚਾਹੀਦੀ ਹੈ ਦਲਮੇਗ ਜੀ ਜੋ ਕਹਿ ਰਹੇ ਇੱਕ ਇੱਕ ਬਰਾੜ ਸਾਹਿਬ ਇੱਕ ਤੁਹਾਡੇ ਤੋਂ ਕਮੈਂਟ ਲੈਣਾ ਚਾਹੁੰਦਾ ਥੋੜਾ ਜਿਹਾ ਅਸੀਂ ਵਾਈਂਡ ਅਪ ਕਰਾਂਗੇ ਇੰਟਰਵਿਊ ਨੂੰ ਥੋੜਾ ਸਮਾਂ ਬਾਕੀ ਰਹਿ ਗਿਆ ਪੋਲੀਟੀਕਲੀ ਤਾਂ ਬੈਕਅਪ ਹੋਏਗਾ ਇਹਦੇ ਵਿੱਚ ਬਹੁਤ ਮਿਲਿਆ ਹੋਊਗਾ ਕਿਉਂਕਿ ਜਿਵੇਂ ਤਾਂ ਦੇਖਣ ਨੂੰ ਲੱਗ ਰਿਹਾ ਪੂਰਾ ਕੁਲ ਤੌਰ ਤੇ ਅੱਛਾ ਤੁਸੀਂ ਇੰਨਾ ਇਹ ਜਿਹੜਾ ਕੇਸ ਦੀ ਪੈਰਵਾਹੀ ਕਰ ਰਹੇ ਹੋ ਬਹੁਤ ਵਧੀਆ ਤੁਸੀਂ ਜ ਕਰ ਰਹੇ ਹੋ ਵਧੀਆ ਤਰੀਕੇ ਇਹਨਾਂ ਦਾ ਇਹ ਇਸ ਦੇ ਵਿੱਚ ਤੁਹਾਡੇ ਤੇ ਵੀ ਕੋਈ ਪ੍ਰੈਸ਼ਰ ਆਂਦਾ ਜੇ ਤੁਸੀਂ ਥੋੜਾ ਜਿਆ ਕੋਈ ਸਾਂਝਾ ਕਰਨਾ ਚਾਹੋ ਜੇ ਤੁਸੀਂ ਆਪਣੀ ਮੰਨੀ ਜੀ ਕੋਈ ਪ੍ਰੈਸ਼ਰ ਆਇਆ ਹੋਵੇ ਤੁਹਾਡੇ ਤੇ ਉੱਤੇ ਜਾਂ ਤੁਹਾਨੂੰ ਕੋਈ ਆਫਰ ਹੋਵੇ ਜਾਂ ਹਟ ਜੋ ਤੁਸੀਂ ਕੇਸ ਦੇ ਵਿੱਚੋਂ ਜੇ ਕੋਈ ਕੋਈ ਜ਼ਿਕਰ ਕਰਨਾ ਚਾਹੋ ਬਿਲਕੁਲ ਗਗਨ ਜੀ ਬਿਲਕੁਲ ਇਹ ਗੱਲ ਥੋੜੀ ਹੈ ਦੇਖੋ ਮੇਰੀ ਗੱਲ ਸੁਣੋ ਪ੍ਰੈਸ਼ਰ ਹੈ ਪਹਿਲੀ ਗੱਲ ਤਾਂ ਮੈਂ ਮਤਲਬ ਦੱਸਦਾ ਆਪ ਨੂੰ ਮੈਨੂੰ ਥੋੜੀ ਆਉਂਦੀ ਹੈ ਕਿ ਜੇ ਪ੍ਰੈਸ਼ਰਸਲੀ ਕੋਈ ਕੋਈ ਏਡਾ ਹੀ ਵੱਡੀ ਗੱਲ ਨਹੀਂ ਹੈ ਚਲੋ ਪਰ ਇੱਕ ਸ਼ੇਅਰ ਕਰਨ ਲਈ ਇਹ ਹੈ ਕਿ ਪ੍ਰੈਸ਼ਰ ਵਾਕਈ ਮੇਰੇ ਤੇ ਸੀਗਾ ਹੂੰ ਇਹ ਮੇਰੇ ਕੋਲ ਇਨੀਸ਼ੀਅਲ ਸਟੇਜ ਤੇ ਹੀ ਜਦੋਂ ਇਹ ਵੀਡੀਓ ਵਾਇਰਲ ਹੋਈ ਜਦੋਂ ਮੈਂ ਆਈਜੀਪੀ ਸਾਹਿਬ ਨੂੰ ਇੱਥੋਂ ਮਿਲ ਕੇ ਗੱਲ ਉਹਦੇ ਆਨੇ ਮੈਂ ਉਸ ਟਾਈਮ ਆਪਦੇ ਫਾਰਮ ਤੇ ਸੀਗਾ ਤੇ ਉੱਥੇ ਵੀ ਮੇਰੇ ਕੋਲ ਇਹ ਇਹਨੇ ਬੰਦੇ ਭੇਜੇ ਆਪਦੇ ਰਿਸ਼ਤੇਦਾਰ ਖਨੇ ਏਰੀਏ ਦੇ ਬਹੁਤ ਮੋਤਪੁਰ ਬੰਦੇ ਬਹੁਤ ਨੂਨ ਫੈਮਿਲੀ ਦੇ ਬੰਦੇ ਭੇਜੇ ਮੇਰੇ ਕੋਲ ਉਹਨੂੰ ਭੇਜ ਕੇ ਮੈਨੂੰ ਇਹਨਾਂ ਨੇ ਇਹਨੇ ਕਿਹਾ ਵੀ ਜੀ ਤੁਸੀਂ ਇਹਦੇ ਬੈਕ ਆਊਟ ਕਰ ਜੋ ਤੇ ਬਹੁਤ ਕੁਛ ਤੁਸੀਂ ਇਹਦਾ ਨੁਕਸਾਨ ਕਰ ਲਿਆ ਹੋਰ ਨਾ ਕਰੋ ਹਮ ਮੈਂ ਕਿਹਾ ਵੀ ਜੀ ਮੇਰੀ ਗੱਲ ਸੁਣੋ ਮੇਰੇ ਕੋਲ ਆਉਣ ਦੀ ਲੋੜ ਨਹੀਂ ਹੈ ਤੁਹਾਡੇ ਇਹ ਕੰਮ ਜੇ ਤੁਸੀਂ ਕਰਨਾ ਹੈ ਤੁਹਾਡੇ ਕੋਲ ਨੇੜੇ ਹੀ ਹੋ ਜੂਗਾ ਹਮ ਵਿਕਟਮ ਨਾਲ ਗੱਲ ਕਰ ਲਓ ਤੁਹਾਡੇ ਨੇਵੇਂ ਖੰਨੇ ਦੇ ਨੇੜੇ ਹੀ ਦੇੜੂ ਪਿੰਡਾ ਉੱਥੇ ਤੁਸੀਂ ਚਲੇ ਜਾਓ ਉਹਦੇ ਨਾਲ ਗੱਲ ਕਰ ਲਓ ਤੇ ਇਹਨੂੰ ਪਿੰਡ ਜਾ ਕੇ ਮੈਨੂੰ ਕੋਈ ਪ੍ਰੋਬਲਮ ਨਹੀਂ ਹੈ ਜੇ ਉਹ ਨੂੰ ਕੋਈ ਪ੍ਰੋਬਲਮ ਨਹੀਂ ਹੈ ਕਿਉਂਕਿ ਤਜੱਦਦ ਜਿਹੜਾ ਹੋਇਆ ਹੈ ਜਿਹੜਾ ਟੌਰਚਰ ਹੋਇਆ ਉਹਦੇ ਨਾਲ ਉਹਨੇ ਸਹਿਆ ਹਮ ਮੈਂ ਤਾਂ ਇੱਕ ਲੀਗਲ ਬੰਦਾ ਹਾਂ ਉਹਦੇ ਸਾਥ ਦੇ ਰਹੇ ਹਾਂ ਦੋ ਵਾਰ ਬੜਾ ਤਸ਼ੱਦਦ ਹੋਇਆ ਇੱਕ ਵਾਰ ਜਦੋਂ ਉਹ ਸਾਰਾ ਕੁੱਟਮਾਰ ਹੋਈ ਵੀਡੀਓ ਬਣੀ ਔਰ ਉਸ ਤੋਂ ਬਾਅਦ ਜਦੋਂ ਵੀਡੀਓ ਬਾਹਰ ਆਈ ਮਾਨਸਿਕ ਤੌਰ ਤੇ ਵੀ ਬਹੁਤ ਵੱਡਾ ਹੋਇਆ ਬਿਲਕੁਲ ਹੋਇਆ ਜੀ ਤੇ ਉਹ ਬੱਚੇ ਨੂੰ ਤੇ ਉਹਦੇ ਜਗਪਾਲ ਸਿੰਘ ਤੇ ਮੈਂ ਕਿਹਾ ਵੀ ਤੁਸੀਂ ਉੱਥੇ ਆ ਕੇ ਉਹਦੇ ਨਾਲ ਟਾਈਪ ਕਰ ਲਓ ਤੇ ਉਹਨੂੰ ਮਿਲ ਲਓ ਕੋਈ ਪ੍ਰੋਬਲਮ ਨਹੀਂ ਹੈਗੀ ਤੇ ਬਾਅਦ ਵਿੱਚ ਮੈਨੂੰ ਇਹ ਵੀ ਪਤਾ ਲੱਗਿਆ ਕਿ ਉਹਦੇ ਘਰੇ ਇਹ ਬਲਜਿੰਦਰ ਸਿੰਘ ਇੰਨੇ 2 ਸਵਾ 2 ਮਹੀਨੇ ਪਰਚਾ ਦਰਜ ਹੋਣ ਤੋਂ ਪਹਿਲਾਂ ਉਹਨਾਂ ਦੇ ਘਰ ਹੀ ਲੁਕਿਆ ਰਿਹਾ ਮੈਨੂੰ ਇਹ ਇਹੀ ਗੱਲਾਂ ਉਤੋਂ ਖੰਨੇ ਤੋਂ ਹੀ ਪਤਾ ਲੱਗੀਆਂ ਕਿ ਇਹ ਬੰਦਾ ਉੱਥੇ ਹੀ ਲੁਕਿਆ ਰਿਹਾ ਉਹਨਾਂ ਦੇ ਘਰ ਹੀ ਉੱਥੇ ਉਹਨਾਂ ਨੇ ਪੂਰੀ ਸਪੋਰਟ ਕੀਤੀ ਉਹਨਾਂ ਨੇ ਇਹਦੇ ਵਕੀਲਾਂ ਦਾ ਸਾਰਾ ਕੁਝ एवरीथिंग ਜੋ ਵੀ ਲੀਗਲ ਪ੍ਰੋਸੈਸ ਆ ਉਹਨਾਂ ਨੇ ਬੰਦਿਆ ਨਹੀਂ ਕੀਤਾ ਹੂੰ ਦੂਸਰੀ ਗੱਲ ਮੈਂ ਥੋੜੀ ਇਹ ਕਹਿਣਾ ਚਾਹੂੰਗਾ ਕਿ ਜਿਹੜਾ ਵੀ ਉੱਥੋਂ ਦਾ ਐਸ.ਟੀ.ਪੀ.ਸੀ ਦੇ ਨੁਮਾਇੰਦੇ ਸੀਗੇ ਆਪਣੇ ਖੰਨੇ ਏਰੀਏ ਦੇ ਜਿਨ੍ਹਾਂ ਦੀ ਰਿਸਟ੍ਰਿਕਸ਼ਨ ਚ ਇਹ ਪੈਂਦਾ ਸੀਗਾ ਰਿਗਾਰਡਿੰਗ ਏਰੀਆ ਜਿਹਦੀ ਰਿਸਟ੍ਰਿਕਸ਼ਨ ਚ ਇਹ ਦੇੜੂ ਪੈਂਦਾ ਹੁੰਦਾ ਸੀਗਾ ਉਹਨਾਂ ਨੇ ਅਜੇ ਤੱਕ ਕੋਈ ਸਟੇਟਮੈਂਟ ਇਹ ਇਹ ਬਹੁਤ ਨਮੂਜ ਬਾਹਰ ਆਏ ਹੂੰ ਕੋਈ ਮਤਲਬ ਮੇਰੇ ਸਾਹਮਣੇ ਤਾਂ ਨਹੀਂ ਆਈ ਗੱਲ ਦੇਖੋ ਬੀਗ ਇਸ ਤਾਈ ਮੈਂ ਆਪਣੇ ਖਟੜਾ ਸਾਹਿਬ ਨੂੰ ਸਦਾਦਰ ਮੇਕ ਸਿੰਘ ਜੀ ਨੂੰ ਬੇਨਤੀ ਕੀਤੀ ਹੈ ਕਿ ਤੁਸੀਂ ਪ੍ਰਧਾਨ ਸਾਹਿਬ ਦੇ ਤੇ ਜਥੇਦਾਰ ਸਾਹਿਬ ਦੇ ਵੀ ਧਿਆਨ ਚ ਲਿਆਓ ਇੱਕ ਗੱਲ ਗਗਨ ਜੀ ਹੋਰ ਮੈਂ ਦੱਸਣਾ ਚਾਹੂੰਗਾ ਕਿ ਜਥੇਦਾਰ ਸਾਹਿਬ ਨੂੰ ਜਗਪਾਲ ਸਿੰਘ ਨੇ ਇੱਕ ਆਪਦੀ ਹੈਂਡਰਿਟਨ ਚਿੱਠੀ ਦਿੱਤੀ ਸੀ ਪੰਜਾਬੀ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਵੀ ਕਰ ਲੂੰਗਾ ਹੂੰ ਉਹ ਨੇ ਉਸੇ ਟਾਈਮ ਭੇਜੀ ਸੀਗੀ ਹੂੰ ਤੇ ਉਹ ਚਿੱਠੀ ਜਿਹੜੀ ਜਥੇਦਾਰ ਸਾਹਿਬ ਨੂੰ ਉਹਨੇ ਭੇਜੀ ਸੀ ਉਹਨੇ ਕਿਹਾ ਸੀ ਕਿ ਤੁਸੀਂ ਇਹਦੇ ਤੇ ਕਾਰਵਾਈ ਕਰੋ ਮੇਰੇ ਕਕਾਰ ਮੜਵਾਓ ਜਾਂ ਕਰੋ ਤੇਰੇ ਤੇ ਰਾਜਨੀਤਿਕ ਬੰਦਿਆਂ ਦਾ ਵੀ ਹੱਥ ਹੈਗਾ ਉਹਨੇ ਉਸ ਰਾਜਨੀਤਿਕ ਬੰਦਿਆਂ ਦਾ ਜ਼ਿਕਰ ਵੀ ਕੀਤਾ ਸੀ ਠੀਕ ਹੈ ਨਾ ਜਿਹੜੇ ਮੌਜੂਦਾ ਰਾਜਨੀਤਿਕ ਰੂਲਿੰਗ ਪਾਰਟੀ ਦੇ ਜਥੇਦਾਰ ਸਾਹਿਬ ਨੇ ਉਹਨੂੰ ਜਗਪਾਲ ਸਿੰਘ ਨੇ ਚਿੱਠੀ ਹੈਂਡ ਰਿਟਨ ਆਪਦੀ ਪੰਜਾਬੀ ਚ ਲਿਖ ਕੇ ਸਾਈਨ ਕਰਕੇ ਉਹਨਾਂ ਨੂੰ ਮੇਲ ਵੀ ਕੀਤੀ ਸੀਗੀ ਸਖਤਰ ਸਾਹਿਬ ਨੂੰ ਸੈਕਟਰੀ ਜਿਹੜੇ ਸੀਗੇ ਡਾਕਟਰ ਰੂਪ ਸਿੰਘ ਜੀ ਨੂੰ ਤੇਜਾਦਰ ਸਾਹਿਬ ਦੇ ਇੱਕ ਪੀਏ ਆ ਉਹਨਾਂ ਨਾਲ ਹੁੰਦੇ ਜਸਪਾਲ ਸਿੰਘ ਹਮ ਹਮ ਉਹਨਾਂ ਨੂੰ ਵੀ ਉਹਨੇ ਭੇਜੀ ਸੀ ਆਪ ਦੇ ਮੀਡੀਅਮ ਦੇ ਰਾਹੀਂ ਹਮ ਤੇ ਤੇਜਾਦਰ ਸਾਹਿਬ ਨੇ ਜ਼ਰੂਰ ਕਾਰਵਾਈ ਵੀ ਕੀਤੀ ਉਹਨਾਂ ਨੇ ਬਿਆਨ ਵੀ ਦਰਜ ਕੀਤਾ ਹਮ ਹੁਣ ਹੁਣ ਇਹ ਮੌਕਾ ਹੈ ਜਿਹੜਾ ਖਟੜਾ ਸਾਹਿਬ ਕੱਲ ਕਹਿ ਰਿਹਾ ਕਿ ਇਹ ਕੀ ਫਿਊਮ ਆਪਣਾ ਹੋ ਜੇ ਇਹ ਇਸ਼ੂ ਕਿਉਂਕਿ ਜਿਹੜੇ ਧਾਰਮਿਕ ਮੁੱਦੇ ਹੁੰਦੇ ਆ ਇਹ ਵਾਕਈ ਨੋ ਡਾਊਟ ਬੜੇ ਸੈਂਸਿਟਿਵ ਮੈਟਰਸ ਹੁੰਦੇ ਆ ਬਿਕਾਜ਼ ਇਹਨੂੰ ਆਪਾਂ ਫਿਊਮ અપ ਨਾ ਹੁੰਦੀ ਹੈ ਆਈ ਵਿਲ ਰਿਕਵੈਸਟ ਮੈਂ ਤੁਹਾਡੇ ਚੈਨਲ ਦੇ ਥਰੂ ਰਿਕਵੈਸਟ ਕਰਨਾ ਚਾਹੁੰਗਾ ਕਿ ਇਸ ਚੇਅਰਮੈਨ ਸਾਹਿਬ ਐਸਆਈਟੀ ਦੇ ਜਿਹੜੇ ਹੁਣ ਚੇਅਰਮੈਨ ਆ ਸ਼੍ਰੀ ਨੌਨਿਹਾਲ ਸਿੰਘ ਜੀ ਨੂੰ ਜਿਨ੍ਹਾਂ ਨੂੰ ਅੱਜ ਮੈਂ ਮਿਲ ਕੇ ਆਇਆ ਉਹਨਾਂ ਨੇ ਬੜੀ 1 ਘੰਟਾ ਬਹੁਤ ਧਿਆਨ ਨਾਲ ਗੱਲ ਸੁਣੀ ਸੁਣ ਕੇ ਉਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਹਾਂ ਇਹਦੇ ਤੇ ਕਾਰਵਾਈ ਪਾਪਰ ਕੀਤੀ ਜਾਊਗੀ ਤੁਸੀਂ ਮੈਨੂੰ ਪੁਆਇੰਟਸ ਦੱਸੋ ਕਿਹੜੇ ਕਿਹੜੇ ਪੁਆਇੰਟਸ ਤੁਸੀਂ ਚਾਹੋਗੇ ਕਿ ਜੋ ਵੀ ਟੇਕਨ ਇਨਟੂ ਕਨਸਿਡਰੇਸ਼ਨ ਠੀਕ ਹੈ ਬਰਾੜ ਸਾਹਿਬ ਜੇਕਰ ਸਾਰਾ ਕੁਝ ਤੁਹਾਡੇ ਮੁਤਾਬਕ ਚੱਲਦਾ ਹੈ ਬਿਲਕੁਲ ਲਾਅ ਦੇ ਮੁਤਾਬਕ ਹੁੰਦਾ ਕਿੰਨੀਕ ਸਜ਼ਾ ਹੋ ਸਕਦੀ ਹੈ ਦੇਖੋ ਗਗਨ ਜੀ ਉਹ ਪ੍ਰੀਮਚੂਰ ਹੈ ਇਹਦੇ ਤੱਕ ਦੇਖੋ ਆਪਾਂ ਮੋٹے ਤੌਰ ਤੇ ਮੋٹے ਤੌਰ ਤੇ ਲਾਈਕ ਜੇ ਮਤਲਬ ਵਿਦਾਊਟ ਕਮੈਂਟਿੰਗ ਬਾਕੀ ਰੈਸਟ ਦਿਸ ਇਜ਼ ਅ ਕੋਰਟ ਮੈਟਰ ਕਿ ਕੋਰਟ ਨੇ ਡਿਸਾਈਡ ਕਰਨਾ ਹੈ ਕਿ ਕਿੰਨੀ ਕਨਵਿਕਸ਼ਨ ਕਰਨੀ ਹੈ ਇਟ ਇਜ਼ ਪ੍ਰੀਮਚੁਰ ਪ੍ਰੀ ਜੁਡੀਸ ਹੈਗਾ ਕਿ ਮੈਂ ਪਹਿਲਾਂ ਇਸ ਬਾਰੇ ਧਰਾਵਾ ਧਰਾਵਾ ਕਈ ਜੁੜਨ ਗਿਆ ਧਰਾਵਾ ਨੂੰ ਮੈਂ ਜ਼ਰੂਰ ਸ਼ੇਅਰ ਕਰੂੰਗਾ ਧਰਾਵਾ ਉਹਦੇ ਤੇ ਲੱਗੀਆਂ ਕਾਫੀ 166 ए ਲੱਗੀ ਹੋਈ ਹੈ 295 ਧਾਰਮਿਕ ਭਾਵਨਾ ਠੇਸ ਪਹੁੰਚਾਉਣ ਲਈ 323 342 ਕੀ ਬੰਦੀ ਬਣਾ ਕੇ ਰੱਖਿਆ ਇਲੀਗਲ ਕਨਫਾਈਨਮੈਂਟ ਚ ਰੱਖਿਆ ਉਹਨੂੰ ਫਿਰ ਸ਼ੈਡਿਊਲ ਕਾਸਟ ਐਂਡ ਸ਼ੈਡਿਊਲ ਟ੍ਰਾਈਬਸ ਹੂੰ ਜਿਹੜਾ ਦਲਿਤਾਂ ਨਾਲ ਦਲਿਤ ਭਰਾ ਨੂੰ ਉਹਦੀ ਕਾਸਟ ਪ੍ਰਤੀ ਉਹਨੂੰ ਗਲਤਪਲਤ ਬੋਲਿਆ ਹੂੰ ਤੇ ਉਹਨੂੰ ਡਿਸਰੋਬ ਕੀਤਾ ਹੂੰ ਫਿਰ ਉਹਦਾ ਪੰਜਾਬ ਪੁਲਿਸ ਐਕਟ ਹੈ 67 ਸੈਕਟਰ ਸੈਕਸ਼ਨ 67 ਹੈ ਹੂੰ ਫਿਰ ਇਨਫੋਰਮੇਸ਼ਨ ਟੈਕਨੋਲੋਜੀ ਐਕਟ ਹੈ ਜੇ ਕਿ ਜਿਹੜੀ ਉਹ ਵੀਡੀਓ ਬਣਾ ਕੇ ਵਾਇਰਲ ਕਰਨ ਦੀ ਹੈ ਤੇ ਇਹ ਸੈਕਸ਼ਨਸ ਹੈ ਪ੍ਰੋਕਸੀਮੀਟਲੀ ਜਿਹੜੀ ਇਹ ਸੈਕਸ਼ਨਸ ਅਟ੍ਰੈਕਟ ਕਰਦੀਆਂ ਮਿਨੀਮਮ 10 ਇਅਰਸ ਤਾਂ ਅਟ੍ਰੈਕਟ ਕਰਦੀਆਂ ਬਾਕੀ ਦੈਟ ਇਜ਼ ਦੈਟ ਇਜ਼ ਅ ਮੈਟਰ ਆਫ ਐਵਿਡੈਂਸ ਐਂਡ ਦੈਟ ਉਹਨਾਂ ਵਾਲੇ ਸਮੇਂ ਦੇ ਉੱਤੇ ਡਿਪੈਂਡ ਕਰਦਾ ਬਾਕੀ ਇਨਵੈਸਟੀਗੇਸ਼ਨ ਏਜੰਸੀ ਕਿਵੇਂ ਉਹਨੂੰ ਪ੍ਰੈਜ਼ੈਂਟ ਕਰਦੀ ਹੈ ਚਲਾਨ ਨੂੰ ਕਿਵੇਂ ਉਹਨੂੰ ਚਲਾਨ ਪ੍ਰੈਜ਼ੈਂਟ ਕਰਦੀ ਹੈ ਲੇਟਰ ਔਨ ਗਵਾਹੀਆਂ ਤਾਂ ਦੇਖੋ ਜਗਪਾਲ ਸਿੰਘ ਉਹਨਾਂ ਦੇ ਉਹਨਾਂ ਨੇ ਵਿਕਟਮਸ ਨਹੀਂ ਦੇਣੀਆਂ ਪਰ ਇਨੀਸ਼ੀਅਲ ਇਨਵੈਸਟੀਗੇਸ਼ਨ ਦੇ ਦੌਰਾਨ ਜੋ ਕੰਪਾਈਲੇਸ਼ਨ ਕਰਕੇ ਚਲਾਨ ਦੀ ਕੋਰਟ ਸਬਮਿਟ ਕਰਦੇ ਆ ਦੈਟ ਇਜ਼ ਅ ਵੈਰੀ ਕ੍ਰੂਸ਼ਲ ਥਿੰਗ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਠੀਕ ਹੈ ਬਿਲਕੁਲ ਸੋ ਇਹ ਗੱਲਬਾਤ ਕੀਤੀ ਹੈ ਦਲਮੀਗ ਸਿੰਘ ਜੀ ਹੋਰਾਂ ਦੇ ਨਾਲ ਗੱਲਬਾਤ ਕੀਤੀ ਹੈ ਤੇ ਐਡਵੋਕੇਟ ਬਰਾੜ ਨੇ ਸੋ ਵੱਡੇ ਪੱਧਰ ਤੇ ਉੱਤੇ ਇਸ ਦਾ ਵਿਰੋਧ ਹੋਇਆ ਸੀ ਔਰ ਆਸ ਕਰਦੇ ਹਾਂ ਅਸੀਂ ਆਸਬੰਦ ਵੀ ਹਾਂ ਕਿ ਜਿਹੜਾ ਇਸ ਮਾਮਲੇ ਦੇ ਵਿੱਚ ਬਿਲਕੁਲ ਪਾਰਦਰਸ਼ਤਾ ਦੇ ਨਾਲ ਫੈਸਲਾ ਆਵੇਗਾ ਔਰ ਜਿਵੇਂ ਦਲਮੀਗ ਸਿੰਘ ਜੀ ਹੋਰਾਂ ਨੇ ਕਿਹਾ ਐਡਵੋਕੇਟ ਬਰਾੜ ਨੇ ਕਿਹਾ ਕਿ ਜਿਹੜੇ ਧਾਰਮਿਕ ਮਾਮਲਾ ਜਦੋਂ ਜੁੜ ਜਾਂਦਾ ਤਾਂ ਕਾਫੀ ਸੈਂਸਿਟਿਵ ਹੋ ਜਾਂਦਾ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਹੁੰਦੀਆਂ ਨੇ ਔਰ ਭਾਈਚਾਰਕ ਸਾਂਝ ਦਾ ਵੀ ਵੱਡਾ ਸਵਾਲ ਖੜਾ ਹੋ ਜਾਂਦਾ ਸੋ ਅਸੀਂ ਆਸ ਕਰਦੇ ਇਸ ਮਾਮਲੇ ਨੂੰ ਔਰ ਜਿਹੜਾ ਗੁਰਸਿੱਖ ਪਿਓ ਪੁੱਤ ਦੀ ਜਿਹੜੀ ਵਿਪੱਤੀ ਕੀਤੀ ਗਈ ਹੈ ਉਹਨਾਂ ਦੀ ਵੀਡੀਓ ਤਿਆਰ ਕੀਤੀ ਗਈ ਹੈ ਕੱਟਮਾਰ ਕੀਤੀ ਗਈ ਹੈ ਔਰ ਇਹ ਆਪਣੇ ਆਪ ਦੇ ਵਿੱਚ ਬੇਹਤ ਇੱਕ ਨਿੰਦਣਯੋਗ ਘਟਨਾ ਹੈ ਔਰ ਅਸੀਂ ਇਸ ਨੂੰ ਬਾਰ-ਬਾਰ ਇਸ ਦੀ ਨਿੰਦਾ ਕਰਦੇ ਹਾਂ ਪੁਰਜ਼ੋਰ ਸ਼ਬਦਾਂ ਦੇ ਵਿੱਚ ਔਰ ਕਾਨੂੰਨ ਖਾਸ ਤੌਰ ਤੇ ਪੁਲਿਸ ਇਸ ਮਾਮਲੇ ਦੇ ਵਿੱਚ ਪੂਰੀ ਨਿਰਪੱਖਤਾ ਦੇ ਨਾਲ ਕਾਰਵਾਈ ਕਰੇ ਕਿ ਮਿਸਾਲੀ ਕਾਰਵਾਈ ਹੋਵੇ ਕਿ ਤਾਂ ਜੋ ਭਵਿੱਖ ਤੇ ਵਿੱਚ ਕੋਈ ਇਸ ਤਰ੍ਹਾਂ ਦੀ ਜ਼ੁਰਤ ਨਾ ਕਰ ਪਾਵੇ ਡੇਲੀ ਪੋਸਟ ਪੰਜਾਬੀ ਦੇ ਲਈ ਤਨਪਤ ਦੈਲੀ ਪੋਸਟ ਪੰਜਾਬੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਗਗਨ 베ਦੀ ਆਮ ਦਿਨਾਂ ਦੇ